ਸਸ਼ੀਗਲੋਸਤ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬ ਐਗਜ਼ਾਮ ਅਡਾ ਦੇ ਵਿੱਚ ਤੇ ਦੋਸਤੋ ਅੱਜ ਅਸੀਂ ਇੱਕ ਲੈ ਕੇ ਆਏ ਹਾਂ ਸੀਰੀਜ਼ ਜਿਹਦੇ ਵਿੱਚ ਆਪਾਂ ਕੀ ਕਰਾਂਗੇ ਪੀਪੀਐਸਸੀ ਮਤਲਬ ਕਿ ਪੰਜਾਬ ਸਿਵਲ ਸਰਵਿਸ ਦੇ ਜਿੰਨੇ ਵੀ ਪ੍ਰੀਵੀਅਸ ਪੇਪਰ ਹੈਗੇ ਆ ਉਹਨਾਂ ਨੂੰ ਆਪਾਂ ਕਵਰ ਕਰਾਂਗੇ ਆਪਾਂ ਉਹਨਾਂ ਨੂੰ ਸੋਲਵ ਕਰਾਂਗੇ ਐਨਾਲਾਈਜ਼ ਕਰਾਂਗੇ ਹੁਣ ਇੱਕ ਚੀਜ਼ ਦੇਖੋ ਜਿਹੜੇ ਵੀ ਐਸਪੀਰੈਂਟ ਹੁੰਦੇ ਆ ਚਾਹੇ ਯੂਪੀਐਸਸੀ ਐਗਜ਼ਾਮ ਦਾ ਐਸਪੀਰੈਂਟ ਹੋਵੇ ਪੀਪੀਐਸਸੀ ਐਗਜ਼ਾਮ ਦਾ ਐਸਪੀਰੈਂਟ ਹੋਵੇ ਚਾਹੇ ਕਿਸੇ ਵੀ ਸਟੇਟ ਸਿਵਲ ਸਰਵਿਸ ਐਗਜ਼ਾਮ ਦਾ ਐਸਪੀਰੈਂਟ ਹੋਵੇ ਉਹ ਕੀ ਕਰਦੇ ਆ ਕਿ ਜਿਹੜਾ ਸਿਲੇਬਸ ਹੁੰਦਾ ਉਹਨੂੰ ਪ੍ਰਿੰਟ ਆਊਟ ਕਰਵਾ ਲੈਂਦੇ ਆ ਤੇ ਆਪਣੇ ਸਟੱਡੀ ਟੇਬਲ ਤੇ ਰੱਖ ਦਿੰਦੇ ਜਾਂ ਫਿਰ ਆਪਾਂ ਜਿੱਥੇ ਵੀ ਪੜ੍ਹਦੇ ਹੈਗੇ ਆ ਉੱਥੇ ਰੱਖ ਲੈਂਦੇ ਆ ਤੇ ਬਾਰ ਬਾਰ ਜਦੋਂ ਵੀ ਟਾਈਮ ਮਿਲਦਾ ਉਹਨੂੰ ਖੋਲ ਕੇ ਦੇਖਦੇ ਰਹਿੰਦੇ ਆ ਇਹਦੇ ਨਾਲ ਕੀ ਹੁੰਦਾ ਕਿ ਸਾਨੂੰ ਜਿੰਨੇ ਵੀ ਟੋਪਿਕ ਹੈਗੇ ਸਿਲੇਬਸ ਦੇ ਵਿੱਚ ਉਹ ਇੱਕ ਵਾਰ ਪਤਾ ਹੋ ਜਾਂਦੇ ਨੇ ਕਿ ਕੀ ਕੀ ਆਉਣ ਵਾਲਾ ਐਗਜ਼ਾਮ ਦੇ ਵਿੱਚ ਹਨਾ ਤੁਸੀਂ ਵੀ ਮੈਂ ਕਹਿੰਨਾ ਇਹੀ ਕਰੋ ਇੱਕ ਵਾਰੀ ਪ੍ਰਿੰਟ ਜ਼ਰੂਰ ਕਰਾਓ ਸਿਲੇਬਸ ਜੇ ਤੁਸੀਂ ਰੀਅਲੀ ਪੜਨਾ ਚਾਹੁੰਦੇ ਹੋ ਕ੍ਰੈਕ ਕਰਨਾ ਚਾਹੁੰਦੇ ਐਗਜ਼ਾਮ ਨੂੰ ਤੇ ਪ੍ਰਿੰਟ ਕਰਕੇ ਰੱਖ ਲਓ ਆਪਣੇ ਕੋਲ ਸਿਲੇਬਸ ਤੇ ਉਹਨੂੰ ਬਾਰ-ਬਾਰ ਦੇਖੋਗੇ ਕੀ ਕੀ ਰਹਿਣ ਵਾਲਾ ਉਸ ਤੋਂ ਬਾਅਦ ਦੂਜੀ ਗੱਲ ਕੀ ਕਰਦੇ ਹੈਗੇ ਆ ਕਿ ਜਿੰਨੇ ਵੀ ਪ੍ਰੀਵੀਅਸ ਪੇਪਰ ਦੇ ਹੈਗੇ ਆ ਉਹਨੂੰ ਸੋਲਵ ਕਰਦੇ ਜਾਂ ਫਿਰ ਐਨਾਲਾਈਜ਼ ਕਰਦੇ ਆਪਾਂ ਸੋਲਵ ਤੇ ਨਹੀਂ ਕਰ ਸਕਦੇ ਕਿਉਂਕਿ ਆਪਾਂ ਹੁਣੇ ਤਿਆਰੀ ਸ਼ੁਰੂ ਕਰਤੀ ਐ ਤੇ ਆਪਾਂ ਐਨਾਲਾਈਜ਼ ਕਰਦੇ ਆ ਉਹੀ ਚੀਜ਼ ਆਪਾਂ ਕਰ ਰਹੇ ਆ ਤੁਹਾਨੂੰ ਹਰ ਇੱਕ ਚੀਜ਼ ਮਤਲਬ ਕਿ ਹਰ ਇੱਕ ਪੇਪਰ ਜਿਹੜਾ ਉਹ ਸੋਲਵ ਕਰਾ ਕੇ ਜਾਂ ਫਿਰ ਐਨਾਲਾਈਜ਼ ਕਰਾ ਕੇ ਦੱਸਾਂਗੇ ਜਿਸ ਦੇ ਨਾਲ ਇੱਕ ਤਰ੍ਹਾਂ ਦਾ ਆਈਡੀਆ ਹੋ ਜਾਏਗਾ ਕਿ ਕਿਸ ਤਰ੍ਹਾਂ ਦੇ ਐਗਜ਼ਾਮ ਚ ਕੁਐਸਚਨ ਪੁੱਛੇ ਜਾਂਦੇ ਨੇ ਪ੍ਰੀ ਲੈਵਲ ਦੇ ਵਿੱਚ ਤੇ ਦੋਸਤੋ ਅੱਜ ਆਪਾਂ 2012 ਦਾ ਜਿਹੜਾ ਪੇਪਰ ਰਿਆ ਸੀਗਾ ਪ੍ਰੀ ਦਾ ਉਹ ਆਪਾਂ ਸੋਲਵ ਕਰ ਰਹੇ ਆ ਤੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਆਏ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਹੁਣ ਦੇਖੋ ਆਪਾਂ ਇਸ ਸੀਰੀਜ਼ ਦੇ ਵਿੱਚ ਜਿਹਦੇ ਆਪਾਂ ਸਾਰੇ ਪੇਪਰ ਲੈ ਕੇ ਆ ਰਹੇ ਆ ਤੇ ਉਹਦੇ ਵਿੱਚ ਆਪਾਂ ਕੀ ਕਰਨਾ ਕਿ ਮੈਂ ਤੇ ਤੁਸੀਂ ਕੀ ਕਰਨਾ ਕਿ ਆਪਾਂ ਨਾਲ-ਨਾਲ ਐਨਾਲਾਈਜ਼ ਕਰਨਾ ਆਪਾਂ ਜਿਹੜੇ ਕਰੰਟ ਅਫੇਅਰ ਦੇ ਕੁਐਸਚਨ ਹੋਣਗੇ ਉਹਨਾਂ ਨੂੰ ਆਪਾਂ ਯਾਦ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਬਸ ਆਪਾਂ ਦੇਖਣਾ ਕਿ ਕਿਸ ਲੈਵਲ ਦਾ ਪੇਪਰ ਆ ਰਿਹਾ ਤੇ ਕੀ ਕੀ ਐਗਜ਼ਾਮ ਚ ਪੁੱਛਿਆ ਜਾ ਰਿਹਾ ਤੇ ਜਿਹੜੇ ਜੀਕੇ ਦੇ ਕੁਸ਼ਚਨ ਹੋਣਗੇ ਉਹਨਾਂ ਨੂੰ ਆਪਾਂ ਇੱਕ ਵਾਰੀ ਦੇਖਾਂਗੇ ਜ਼ਰੂਰ ਤੇ ਆਪਾਂ ਦਿਮਾਗ ਚ ਬਿਠਾਉਣ ਦੀ ਕੋਸ਼ਿਸ਼ ਵੀ ਕਰਾਂਗੇ ਠੀਕ ਹੈ ਤੇ ਸਭ ਤੋਂ ਪਹਿਲਾ ਕੁਸ਼ਚਨ ਸਾਡੇ ਕੋਲ ਹੈਗਾ ਕਿ ਐਟਮ ਐਟਮ ਦੇ ਬਾਰੇ ਇਹਨਾਂ ਵਿੱਚੋਂ ਕਿਹੜੀ ਚੀਜ਼ ਸਹੀ ਹੈਗੀ ਹੈ ਤੇ ਪਹਿਲੇ ਆਸਰ ਦੇਖ ਲੈਣੇ ਆ ਫਿਰ ਆਪਾਂ ਉਹਦੇ ਬਾਰੇ ਦੇਖਾਂਗੇ ਪਹਿਲੇ ਆਸਰ ਹੈਗਾ ਆਲ ਆਫ ਅਬੋਵ ਮਤਲਬ ਕਿ ਐਟਮ ਜਿਹੜਾ ਹੈਗਾ ਕਿ ਸਮਾਲੈਸਟ ਪਾਰਟੀਕਲ ਹੈਗਾ ਕਿਸੇ ਵੀ ਐਲੀਮੈਂਟ ਦਾ ਮਤਲਬ ਕਿ ਪ੍ਰithvi ਦੇ ਉੱਪਰ ਜਿਹੜਾ ਵੀ ਕੋਈ ਵੀ ਐਲੀਮੈਂਟ ਹੈਗਾ ਉਹਦੀ ਜਿਹੜੀ ਸਮਾਲੈਸਟ ਯੂਨਿਟ ਹੈਗੀ ਆ ਉਹ ਹੁੰਦਾ ਐਟਮ ਕੈਨ ਐਗਜ਼ਿਸਟ ਐਂਡਿਮੈਂਟਲੀ ਮਤਲਬ ਕਿ ਐਂਡਿਮੈਂਟਲੀ ਵੀ ਐਗਜ਼ਿਸਟ ਕਰ ਸਕਦਾ ਕਿਤੇ ਵੀ ਕੈਨ ਰੀਟੇਨ ਕੈਮੀਕਲ ਪ੍ਰੋਪਰਟੀ ਆਫ ਐਲੀਮੈਂਟ ਮਤਲਬ ਕੀ ਕਿਸੇ ਵੀ ਐਲੀਮੈਂਟ ਦੀ ਕੈਮੀਕਲ ਪ੍ਰੋਪਰਟੀ ਰੀਟੇਨ ਕਰ ਸਕਦਾ ਤੇ ਤੁਸੀਂ ਦੇਖਿਆ ਹੋਏਗਾ ਕਿ ਤੁਹਾਡੇ ਸਿਲੇਬਸ ਦੇ ਵਿੱਚ ਜਿਹੜਾ ਐਵਰੀਡੇ ਸਾਇੰਸ ਦਾ ਜਿਹੜਾ ਟੋਪਿਕ ਹੈਗਾ ਉਹਦੇ ਵਿੱਚ ਪਹਿਲਾ ਹੀ ਟੋਪਿਕ ਐਟੋਮਿਕ ਸਟਰਕਚਰ ਬਾਰੇ ਹੈ ਤਾਂ ਤੁਹਾਨੂੰ ਐਟੋਮਿਕ ਸਟਰਕਚਰ ਦੇ ਬਾਰੇ ਸਭ ਕੁਝ ਜਾਣਕਾਰੀ ਹੋਣੀ ਚਾਹੀਦੀ ਹੈ ਪੁਰਾਣੀ ਥਿਉਰੀਜ਼ ਦੇ ਵਿੱਚ ਐਟਮ ਨੂੰ ਕਿਸ ਤਰ੍ਹਾਂ ਦੱਸਿਆ ਗਿਆ ਸੀਗਾ ਹੁਣ ਜਿਹੜੀ ਮਾਡਰਨ ਥਿਉਰੀ ਹੈਗੀ ਆ ਉਹਦੇ ਵਿੱਚ ਕੀ ਹੈ ਜਿਸ ਦਾ ਨਿਊਕਲੀਅਸ ਉਹਦਾ ਵਿਚਕਾਰ ਉਹਦੇ ਆਸ-ਪਾਸੇ ਇਲੈਕਟ੍ਰੋਨ ਰਿਵੋਲਵ ਕਰਦੇ ਆ ਸਾਰਾ ਕੁਝ ਤੁਸੀਂ ਐਟਮ ਦੇ ਬਾਰੇ ਐਟ ਨੈਕਸਟ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਮੈਥਡ ਆਫ ਹੀਟ ਟ੍ਰਾਂਸਫਰ ਬੀਟਵੀਨ ਟੂ ਬੋਡੀਜ਼ ਮਤਲਬ ਕਿ ਜੇਕਰ ਦੋ ਕੋਈ ਬੋਡੀਜ਼ ਹੈਗੀਆਂ ਦੋਨਾਂ ਦੇ ਟੈਂਪਰੇਚਰ ਦੇ ਵਿੱਚ ਡਿਫਰੈਂਸ ਹੈਗਾ ਤੇ ਉਹਦੇ ਵਿੱਚ ਹੀਟ ਟ੍ਰਾਂਸਫਰ ਕਿੱਦਾਂ ਹੁੰਦੀ ਹੈਗੀ ਤੇ ਇਹਨਾਂ ਆਪਸ਼ਨਾਂ ਦੇ ਵਿੱਚੋਂ ਕਿਹੜਾ ਜਿਹੜਾ ਮੈਥਡ ਹੈਗਾ ਸਹੀ ਨਹੀਂ ਹੈਗਾ ਹੀਟ ਟ੍ਰਾਂਸਫਰ ਨੂੰ ਲੈ ਕੇ ਤੇ ਆਨਸਰ ਹੈਗਾ ਐਬਸਾਰਪਸ਼ਨ ਐਬਸਾਰਪਸ਼ਨ ਦੇ ਨਾਲ ਹੀਟ ਟ੍ਰਾਂਸਫਰ ਨਹੀਂ ਹੁੰਦੀ ਬਾਕੀ ਜਿਹੜੇ ਆਪਸ਼ਨ ਹੈਗੇ ਉਹਨਾਂ ਨੂੰ ਆਪਾਂ ਦੇਖ ਲੈਣੇ ਆ ਸਭ ਤੋਂ ਪਹਿਲੇ ਦੇਖੋ ਕੰਡਕਸ਼ਨ ਕੰਡਕਸ਼ਨ ਚ ਕੀ ਹੁੰਦਾ ਮੈਂ ਐਗਜ਼ਾਮਪਲ ਦੇਣਾ ਜਿਸ ਤਰ੍ਹਾਂ ਕਿ ਚਾਹ ਦਾ ਕੱਪ ਹੈ ਨਾ ਚਾਹ ਦਾ ਕੱਪ ਗਰਮ ਹੁੰਦਾ ਜਦੋਂ ਆਪਾਂ ਉਹਨੂੰ ਫੜਨੇ ਆ ਤੇ ਜਿਹੜੀ ਉਹਦੀ ਚਾਹ ਦੇ ਕੱਪ ਦੀ ਹੀਟ ਹੁੰਦੀ ਆ ਸਾਡੇ ਹੱਥ ਵਿੱਚ ਟਰਾਂਸਫਰ ਹੋਣਾ ਸ਼ੁਰੂ ਹੋ ਜਾਂਦੀ ਆ ਉਹ ਕੀ ਇੱਕ ਤਰ੍ਹਾਂ ਦਾ ਕੰਡਕਸ਼ਨ ਹੈਗਾ ਵੱਲੋਂ ਕੋਈ ਵੀ ਬੋਡੀ ਜੇ ਆਪਸ ਵਿੱਚ ਫਿਜ਼ੀਕਲੀ ਕਨੈਕਟਡ ਹੈਗੀਆਂ ਤੇ ਉਹਦੇ ਵਿੱਚ ਜੇਕਰ ਹੀਟ ਟਰਾਂਸਫਰ ਹੋ ਰਹੀ ਆ ਤੇ ਉਹ ਹੁੰਦੀ ਆ ਕੰਡਕਸ਼ਨ ਕਨਵੇਕਸ਼ਨ ਦੇ ਕਿਸ ਚੀਜ਼ ਕੀ ਹੁੰਦਾ ਜੇਕਰ ਕੋਈ ਗੈਸ ਮੋਲੀਕੂਲ ਹੈਗਾ ਜਾਂ ਫਿਰ ਲਿਕਵਿਡ ਦੇ ਮੋਲੀਕੂਲ ਹੈਗਾ ਜੇ ਉਹਨਾਂ ਵਿੱਚ ਹੀਟ ਟਰਾਂਸਫਰ ਹੋ ਰਹੀ ਆ ਤੇ ਉਹ ਹੁੰਦੀ ਆ ਕਨਵੇਕਸ਼ਨ ਦ ਰੇਡੀਏਸ਼ਨ ਦੇ ਕਿਸ ਚ ਕੀ ਹੁੰਦਾ ਜਿਸ ਤਰ੍ਹਾਂ ਕਿ ਸੂਰਜ ਤੋਂ ਸਾਡੇ ਤੱਕ ਗਰਮੀ ਪਹੁੰਚ ਰਹੀ ਹੈ ਜਾਂ ਫਿਰ ਆਪਾਂ ਠੰਡਾ ਦੇ ਵਿੱਚ ਅੱਗ ਦੇ ਅੱਗੇ ਹੱਥ ਸੇਕਨੇ ਆ ਉਹ ਕੀ ਹੈ ਰੇਡੀਏਸ਼ਨ ਦੇ ਕਾਰਨ ਸਾਡੇ ਤੱਕ એનર્ਜੀ ਪਹੁੰਚਦੀ ਹੈ ਠੀਕ ਹੈ ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਣਾ ਨੈਕਸਟ ਵੱਧਦੇ ਆ ਲੈਂਡ ਬਰੀਜ਼ ਐਂਡ ਸੀ ਬਰੀਜ਼ ਆਰ ਕੌਜ਼ਡ ਬਾਈ ਡਿਫਰੈਂਸ ਇਨ ਅ ਰੇਟ ਆਫ ਕੂਲਿੰਗ ਆਫ ਅਰਥ ਐਂਡ ਆਫ ਵਾਟਰ ਠੀਕ ਹੈ ਇਹਨਾਂ ਵਿੱਚੋਂ ਲੈਂਡ ਬਰੀਜ਼ ਨੂੰ ਤੇ ਸੀ ਬਰੀਜ਼ ਨੂੰ ਲੈ ਕੇ ਕਿਹੜੀ ਚੀਜ਼ ਸਹੀ ਹੈਗੀ ਹੈ ਜੀਓਗ੍ਰਾਫੀ ਦਾ ਕੁਐਸਚਨ ਹੈਗਾ ਦੋਸਤੋ ਤੇ ਇਹਨਾਂ ਵਿੱਚੋਂ ਸਹੀ ਹੈਗਾ ਸੀ ਬਰੀਜ਼ 무ਵਸ ਫ੍ਰੋਮ ਸੀ ਟੂ ਲੈਂਡਡ ਡੂਰਿੰਗ ਡੇ ਠੀਕ ਹੈ ਤੁਸੀਂ ਹਲੇ ਫਿਲਹਾਲ ਯਾਦ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਆਪਾਂ ਬਸ ਦੇਖਿਆ ਕਿ ਇਹ ਜੀਓਗ੍ਰਾਫੀ ਦਾ ਕੁਐਸਚਨ ਹੈਗਾ ਲੈਂਡ ਬਰੀਜ਼ ਤੇ ਸੀ ਬਰੀਜ਼ ਬਾਰੇ ਪੁੱਛਿਆ ਗਿਆ ਇਹਦੇ ਨਾਲ ਰਿਲੇਟਡ ਜਿੰਨੇ ਵੀ ਚੀਜ਼ ਹੋਣਗੀਆਂ ਤੁਸੀਂ ਦੇਖ ਲੈਣੀ ਹੈ ਫਿਲਹਾਲ ਮੈਂ ਤੁਹਾਨੂੰ ਛੋਟਾ ਛੋਟਾ ਦੱਸ ਦੇਣਾ ਕਿ ਅੱਜ ਕੀ ਹੁੰਦਾ ਹੈ ਕਿ ਜਿਹੜੀ ਲੈਂਡ ਹੁੰਦੀ ਹੈ ਐਸ ਕੰਪੇਅਰ ਟੂ ਜਿਹੜੀ ਸੀ ਯਾ ਸਮੁੰਦਰ ਦੇ ਉਹ ਛੇਤੀ ਗਰਮ ਹੁੰਦੀ ਹੈ ਤੇ ਛੇਤੀ ਠੰਡੀ ਹੁੰਦੀ ਹੈ ਤੇ ਇਸ ਤੋਂ ਇਲਾਵਾ ਇਸ ਤੋਂ ਉਲਟ ਜਿਹੜਾ ਸਮੁੰਦਰ ਹੁੰਦਾ ਉਹ ਲੇਟ ਗਰਮ ਹੁੰਦਾ ਤੇ ਲੇਟ ਹੀ ਠੰਡਾ ਹੁੰਦਾ ਹੈ। ਇਸੀ ਚੀਜ਼ ਦੇ ਕਾਰਨ ਜਿਹੜਾ ਟੈਂਪਰੇਚਰ ਦਾ ਇਮਬੈਲੈਂਸ ਕ੍ਰੀਏਟ ਹੁੰਦਾ ਉਹਦੇ ਕਾਰਨ ਹੀ ਹੀਟ ਅਦਰ ਉਦਰ ਟਰਾਂਸਫਰ ਹੁੰਦੀ ਹੈ ਜਾਂ ਹਵਾ ਅਦਰ ਉਦਰ ਟਰਾਂਸਫਰ ਹੁੰਦੀ ਹੈ। ਠੀਕ ਹੈ ਤੇ ਉਹੀ ਚੀਜ਼ ਹੁੰਦੀ ਹੈ ਲੈਂਡ ਬਰੀਜ਼ ਤੇ ਸੀ ਬਰੀਜ਼। ਸੀ ਬਰੀਜ਼ ਦੇ ਵਿੱਚੋਂ ਸਮੁੰਦਰ ਤੋਂ ਹਵਾ ਲੈਂਡ ਵੱਲ ਜਾਂਦੀ ਹੈ ਤੇ ਲੈਂਡ ਦੇ ਵਿੱਚ ਲੈਂਡ ਬਰੀਜ਼ ਦੇ ਵਿੱਚ ਲੈਂਡ ਵੱਲੋਂ ਹਵਾ ਜਿਹੜੀ ਆ ਸੀ ਵੱਲ ਜਾਂਦੀ ਹੈ ਠੀਕ ਹੈ ਇਹ ਕਨਸੈਪਟ ਆਪਾਂ ਜਦ ਜੋਗ੍ਰਾਫੀ ਦੇ ਲੈਕਚਰ ਪੜ੍ਹਾਂਗੇ ਉਹਦੇ ਵਿੱਚ ਕਰਾਂਗੇ ਫਿਲਹਾਲ ਤੁਸੀਂ ਯਾਦ ਰੱਖੋ ਕਿ ਲੈਂਡ ਬਰੀਜ਼ ਤੇ ਸੀ ਬਰੀਜ਼ ਦਾ ਕਨਸੈਪਟ ਆਇਆ ਹੀ ਜੋਗ੍ਰਾਫੀ ਦਾ ਕਨਸੈਪਟ ਹੈਗਾ ਠੀਕ ਹੈ ਨੈਕਸਟ ਹੈਗਾ ਵੂਲਨ ਕਲੋਥਸ ਕੀਪਸ ਅਸ ਵਾਰਮ ਡੂਰਿੰਗ ਵਿంటర్ ਵਿਚ ਆਫ ਦਾ ਫੋਲੋਇੰਗ ਫੈਕਟਰ ਇਜ਼ ਇਨਕੋਰੈਕਟ ਮਤਲਬ ਉਹਨਾਂ ਦੇ ਕੱਪੜੇ ਸਾਨੂੰ ਠੰਡਾਂ ਦੇ ਵਿੱਚ ਗਰਮ ਰੱਖਦੇ ਆ ਤੇ ਇਹਦੇ ਵਿੱਚੋਂ ਕਿਹੜੀ ਚੀਜ਼ ਜਿਹੜੀ ਹੈਗੀ ਆ ਗਲਤ ਹੈਗੀ ਆ ਉਹਨਾਂ ਨੂੰ ਲੈ ਕੇ ਤੇ ਦੱਸਿਆ ਜਾਂ ਸਰ ਹੈਗਾ ਐਲੈਕਟ੍ਰੋਸਟੈਟਿਕ ਚਾਰਜ ਆਫ ਫਾਈਬਰ ਰੀਟੇਨ ਹੀਟ H ਇਸ ਗਲਤ ਹੈ ਗਿਆ ਤੇ ਬਾਕੀ ਚੀਜ਼ਾਂ ਸਾਰੀਆਂ ਸਹੀ ਹੈਗੀਆਂ ਆਪਾਂ ਦੇਖ ਲੈਣੇ ਆ ਵੂਲਨ ਯਾ ਫਿਰ ਵੂਲ ਇਸ ਅ ਬੈਡ ਕੰਡਕਟਰ ਆਫ ਹੀਟ ਬਲਕੀ ਦਿੱਦੀ ਉਹਨਾਂ ਹੈਗੀ ਉਹ ਬੈਡ ਕੰਡਕਟਰ ਆਫ ਹੀਟ ਆਗਾ ਮਤਲਬ ਉਹ ਚੋਂ ਛੇਤੀ ਕਿਤੇ ਹੀਟ ਟ੍ਰਾਂਸਫਰ ਨਹੀਂ ਹੋ ਸਕਦੀ ਦੂਸਰਾ ਹੈ ਗਿਆ ਕਿ ਵੂਲ ਕੀਪਸ 에ਅਰ ਟ੍ਰੈਪਸ ਇਨ ਇਟਸ ਫਾਈਬਰ ਮਤਲਬ ਕਿ ਉਹਨਾਂ ਜਿਹੜੀ ਹੁੰਦੀ ਆ ਆਪਣੇ ਰੇਸ਼ਿਆਂ ਦੇ ਵਿੱਚ ਹਵਾ ਨੂੰ ਟਰੈਪ ਕਰ ਲੈਂਦੀ ਜਕੜ ਲੈਂਦੀ ਆ ਜਿਹਦੇ ਨਾਲ ਜਿਹਦੇ ਨਾਲ 에어 ਬਾਰ ਨਹੀਂ ਜਾਪਾਂਦੀ ਮਤਲਬ ਗਰਮ ਹਵਾ ਅੰਦਰ ਰਹਿੰਦੀ ਹੈ ਸਾਡੇ ਮਤਲਬ ਕਿ ਸਾਡੀ ਜਿਹੜੀ ਗਰਮ ਹਵਾ ਆਂਦੀ ਆ ਉਹ ਕੱਪੜਿਆਂ ਦੇ ਵਿੱਚ ਹੀ ਡ੍ਰੈਪਟ ਹੋ ਕੇ ਰਹਿ ਜਾਂਦੀ ਹੈ ਨੈਕਸ ਅਗਾ ਕੀ ਬੂਲ ਰੈਜ਼ਿਸਟ ਐਸਕੇਪ ਆਫ ਦਾ ਬੋਡੀ ਹੀਟ ਟੂ এনवायरमेंट ਮਤਲਬ ਕਿ 체ਤੀ ਕਿਤੇ ਉਹਨ ਜਿਹੜੀ ਸਾਡੇ ਬੋਡੀ ਟੈਂਪਰ ਚਲਦਾ ਉਹਨੂੰ এনवायरमेंट ਦੇ ਵਿੱਚ ਨਹੀਂ ਜਾਣ ਦਿੰਦੀ ਠੀਕ ਹੈ ਇਸ ਤਰ੍ਹਾਂ ਜਿਹੜੀ ਸਾਰੀ ਚੀਜ਼ਾਂ ਨੂੰ ਮਿਲਾ ਕੇ ਜਿਹੜੀ ਗਰਮ ਉਹਨ ਹੈਗੀ ਆ ਉਹ ਸਾਡੇ ਸ਼ਰੀਰ ਨੂੰ ਗਰਮ ਰੱਖਦੀ ਹੈ ਇਹ ਵੀ ਸਾਇੰਸ ਦਾ ਕੁਐਸਚਨ ਹੈਗਾ ਠੀਕ ਹੈ ਨੈਕਸਟ ਹੈ ਐਟ ਵਾਟਰ ਟੈਂਪਰੇਚਰ ਡੂ ਦਾ ਸੈਲਸੀਅਸ ਇਨ ਦਾ ਫਾਨ ਹੀਟ ਸਕੇਲ ਰੀਡ ਦਾ ਸੇਮਡ ਤੁਹਾਨੂੰ ਪਤਾ ਕਿ ਜਿਹੜਾ ਸੈਲਸੀਅਸ ਤੇ ਫਾਨ ਹੀਟ ਦੋਨੋਂ ਟੈਂਪਰੇਚਰ ਨੂੰ ਮੇਅਰ ਕਰਨ ਦੇ ਕੰਮ ਆਉਂਦੇ ਹੈਗੇ ਆ ਤੇ ਜਿਹੜੇ ਐਸੀ ਕਿਹੜੀ ਡਿਗਰੀ ਹੈਗੇ ਜਿੱਤੇ ਦੋਨੋਂ ਜਿਹੜਾ ਟੈਂਪਰੇਚਰ ਹੈਗਾ ਸੇਮ ਹੁੰਦਾ ਇਹਦਾ ਅਨਸਰ ਹੈ 4° 4° ਤੇ ਦੋਨਾਂ ਦੀ ਜਿਹੜੀ ਕੁਆਂਟੀਟੀ ਹੁੰਦੀ ਹੈ ਸੇਮ ਹੁੰਦੀ ਹੈ ਸੈਲਸੀਅਸ ਦੀ ਵੀ ਤੇ ਫਰਨਹਾਈਟ ਦੀ ਵੀ ਇਹ ਵੀ ਸਾਈਂਦਾ ਕੁਐਸਚਨ ਆ ਗਿਆ ਤੇ ਦੋਸਤੋ ਮੈਂ ਤੁਹਾਨੂੰ ਇੱਕ ਰეკਮੈਂਡ ਕਰਾਂਗਾ ਕਿ ਜੇਕਰ ਤੁਸੀਂ 6ਵੀਂ ਤੋਂ ਲੈ ਕੇ 10ਵੀਂ ਤੱਕ ਦੀ NCERT ਜੇਕਰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਂਦੇ ਹੋ ਤੁਸੀਂ ਇਹ ਛੋਟੇ-ਛੋਟੇ ਕੁਐਸਚਨਾਂ ਦੇ ਆਸਾਨੀ ਨਾਲ ਜਵਾਬ ਦੇ ਸਕਦੇ ਹੋ ਜੇ ਤੁਹਾਡਾ ਕੋ ਟਾਈਮ ਨਹੀਂ ਹੈਗਾ ਤੇ 8ਵੀਂ ਤੋਂ ਲੈ ਕੇ 10ਵੀਂ ਤੱਕ ਦੀ NCERT ਜ਼ਰੂਰ ਪੜੋ ਇਹਦੇ ਨਾਲ ਤੁਹਾਡਾ ਬੇਸਿਕ ਕਨਸੈਪਟ ਜਿਹੜੀ ਹੈਗੇ ਆ ਉਹ ਕਲੀਅਰ ਹੋ ਜਾਣਗੇ ਤੇ ਇਹ ਛੋਟੇ ਛੋਟੇ ਜਿਹੜੇ ਕੁਐਸਚਨ ਹੈਗੇ ਆ ਡਾਇਰੈਕਟਲੀ NCERT ਚੋਂ ਵੀ ਲਿਆ ਗਏ ਹੈਗੇ ਆ ਤੇ ਇਸ ਕਰਕੇ ਤੁਸੀਂ NCERT ਜ਼ਰੂਰ ਪ੍ਰੇਫਰ ਕਰਾਂਗਾ ਮੈਂ ਤੁਹਾਨੂੰ ਨੈਕਸਟ ਹੈਗਾ ਕਿ ਪ੍ਰੈਸ਼ਰ ਕੁੱਕਰ ਹੈਲਪਸ ਅਸ ਸਨ ਕੁਕਿੰਗ ਫੂਡ ਫਾਸਟਰ ਮਤਲਬ ਕਿ ਪ੍ਰੈਸ਼ਰ ਕੁੱਕਰ ਸਾਡੀ ਰੋਟੀ ਨੂੰ ਛੇਤੀ ਕਿਦਾਂ ਬਣਾਉਂਦਾ ਠੀਕ ਹੈ ਤੇ ਇਹਦਾ ਆਨਸਰ ਰਹੇਗਾ ਇਟ ਰੇਜ਼ਸ ਦਾ ਬੋਇਲਿੰਗ ਪੁਆਇੰਟ ਆਫ ਦਾ ਲਿਕਵਿਡ ਊ ਟੂ ਇਨਕਰੀਜ਼ਿੰਗ ਦਾ ਪ੍ਰੈਸ਼ਰ ਮਤਲਬ ਕਿ ਪ੍ਰੈਸ਼ਰ ਕੁਕਰ ਚ ਕੀ ਹੁੰਦਾ ਕਿ ਪ੍ਰੈਸ਼ਰ ਬੜਾ ਜਾਂਦਾ ਇਨਕਰੀਜ਼ ਹੋ ਜਾਂਦਾ ਜਿਹਦੇ ਕਾਰਨ ਕੀ ਹੁੰਦਾ ਕਿ ਬੋਇਲਿੰਗ ਪੁਆਇੰਟ ਵੀ ਇਨਕਰੀਜ਼ ਹੋ ਜਾਂਦਾ ਠੀਕ ਹੈ ਜਿਹਦੇ ਕਾਰਨ ਸਾਡੀ ਰੋਟੀ ਛੇਤੀ ਬਣ ਜਾਂਦੀ ਹੈ ਪ੍ਰੈਸ਼ਰ ਇਨਕਰੀਜ਼ ਹੁੰਦਾ ਉਹਦੇ ਨਾਲ ਬੋਇਲਿੰਗ ਪੁਆਇੰਟ ਇਨਕਰੀਜ਼ ਹੁੰਦਾ ਜਿਹਦੇ ਨਾਲ ਰੋਟੀ ਛੇਤੀ ਬਣ ਜਾਂਦੀ ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਣਾ ਨੈਕਸਟ ਵੱਧਦੇ ਹਾਂ ਨੈਕਸਟ ਹੈ ਡੈਂਸਿਟੀ ਆਫ ਦਾ ਵਾਟਰ ਐਂਡ ਆਈਸ ਆਰ ਪਹਿਲੇ ਤੁਹਾਨੂੰ ਮੈਂ ਡੈਂਸਿਟੀ ਬਾਰੇ ਸਮਝਾਦਾ ਕਿ ਡੈਂਸਿਟੀ ਕੀ ਹੁੰਦੀ ਹੈ ਡੈਂਸਿਟੀ ਹੁੰਦੀ ਹੈ ਕਿ ਕਿਸੇ ਚੀਜ਼ ਦਾ ਗਾੜਾਪਨ ਹੁਣ ਮੈਂ ਤੁਹਾਨੂੰ ਪੁੱਛਾਂ ਕਿ ਪਾਣੀ ਤੇ ਸ਼ਹਿਦ ਦੇ ਵਿੱਚੋਂ ਕਿਹੜੀ ਚੀਜ਼ੇ ਗਾੜੀ ਹੈਗੀ ਜਾਂ ਫਿਰ ਕਿਦੀ ਡੈਂਸਿਟੀ ਜ਼ਿਆਦਾ ਹੈਗੀ ਹੈ ਤੇ ਤੁਸੀਂ ਓਬਵੀਅਸ ਜਵਾਬ ਦੇ ਦੋਗੇ ਕਿ ਸ਼ਹਿਦ ਦੀ ਜਿਹੜੀ ਡੈਂਸਿਟੀ ਹੈਗੀ ਜਾਂ ਗਾੜਾਪਨ ਹੈਗਾ ਜ਼ਿਆਦਾ ਹੈਗਾ ਤੇ ਇੱਥੇ ਆਇਸ ਤੇ ਮਤਲਬ ਕਿ ਬਰਫ਼ ਤੇ ਪਾਣੀ ਦੀ ਗੱਲ ਕਰ ਰਿਹਾ ਕਿ ਕੀ ਦੋਨਾਂ ਦੀ ਜਿਹੜੀ ਡੈਂਸਿਟੀ ਹੈਗੀ ਉਹਨਾਂ ਦੇ ਵਿੱਚ ਕੀ ਮਤਲਬ ਸਬੰਧ ਹੈਗਾ ਤੇ ਇਹਦਾ ਸਹੀ ਆਨਸਰ ਹੈਗਾ ਡਿਫਰੈਂਟ ਮਤਲਬ ਕਿ ਜਿਹੜੀ ਪਾਣੀ ਦੀ ਤੇ ਬਰਫ਼ ਦੀ ਜਿਹੜੀ ਡੈਂਸਿਟੀ ਹੁੰਦੀ ਆ ਉਹ ਅਲੱਗ-ਅਲੱਗ ਹੁੰਦੀਆਂ ਠੀਕ ਆ ਐਂਡ 에ਅਰਕ੍ਰਾਫਟ ਵਿਚ ਇਜ਼ ਹੈਵੀਅਰ ਦੈਨ 에ਅਰ ਫ্লাইਜ਼ ਇਨ 에ਅ ਡਿਊ ਟੂ ਮਤਲਬ ਕਿ ਜਿਹੜਾ ਜਹਾਜ਼ ਹੁੰਦਾ 에ਅਰਕ੍ਰਾਫਟ ਹੁੰਦਾ ਉਹ ਹਵਾ ਚ ਇੰਨਾ ਭਾਰਾ ਹੋਣ ਦੇ ਬਾਵਜੂਦ ਵੀ ਕਿਦਾਂ ਉੜ ਜਾਂਦਾ ਤੇਦਾ ਆਂਸਰ ਦੇਖ ਲੈਣੇ ਆ ਤੇ ਇਹਦਾ ਆਂਸਰ ਹੈਗਾ ਡਿਫਰੈਂਸ ਇਨ ਪ੍ਰੈਸ਼ਰ ਓਨ ਦਾ ਅਪਰ ਐਂਡ ਦਾ ਲੋਅਰ ਸਾਈਡ ਆਫ ਦਾ ਵਿੰਗਸ ਮਤਲਬ ਕਿ ਜਿਹੜੇ ਜਹਾਜ਼ ਦੇ ਪਰ ਹੁੰਦੇ ਹੈਗੇ ਆ ਉਹਨਾਂ ਦੇ ਉੱਪਰ ਤੇ ਉਹਦੇ ਥੱਲੇ ਪ੍ਰੈਸ਼ਰ ਡਿਫਰੈਂਟ ਹੁੰਦਾ ਠੀਕ ਹੈ ਫਿਰ ਤੁਮੇ ਸਮਝਾਉਣਾ ਹੈ ਕਿ ਜਿਹੜੇ ਪਰ ਹੁੰਦੇ ਜਾਂਦੇ ਉਹਦੇ ਉੱਪਰ ਤੇ ਉਹਦੇ ਥੱਲੇ ਜਿਹੜਾ ਪ੍ਰੈਸ਼ਰ ਹਵਾ ਦਾ ਪ੍ਰੈਸ਼ਰ ਹੁੰਦਾ ਉਹ ਅਲੱਗ-ਅਲੱਗ ਹੁੰਦਾ ਜਿੱਦੇ ਕਾਰਨ ਉਹ ਉੱਡ ਪੰਦਾ ਠੀਕ ਹੈ ਇਸ ਸਾਇੰਸ ਦੇ ਤੁਸੀਂ ਮੈਂ ਪਹਿਲੇ ਦੱਸਿਆ ਕਿ ਤੁਸੀਂ ਜਦੋਂ ਸਾਇੰਸ ਤੇ ਪੂਰੀ ਐਨਸੀਆਰਟੀ ਪੜ੍ਹੋਗੇ ਚੰਗੀ ਤਰ੍ਹਾਂ ਉਹਦੇ ਬੇਸਿਕ ਕਲੀਅਰ ਕਰੋਗੇ ਤੁਹਾਨੂੰ ਹਰ ਇੱਕ ਚੀਜ਼ ਸਮਝ ਆ ਜਾਈਨੀ ਹੈ ਠੀਕ ਹੈ ਤੇ ਨੈਕਸਟ ਵੱਧ ਰੇਟ ਆਫ ਕੂਲਿੰਗ ਆਫ ਅ ਬੋਡੀ ਡਿਪੈਂਡ ਓਨ ਮਤਲਬ ਕਿ ਕਿਹ ਚੀਜ਼ ਦਾ ਠੰਡਾ ਹੋਣਾ ਕਿਹੇ ਬੋਡੀ ਦਾ ਠੰਡਾ ਹੋਣਾ ਕਿਸ ਚੀਜ਼ ਤੇ ਡਿਪੈਂਡ ਕਰਦਾ ਠੀਕ ਹੈ ਹੁਣ ਮੈਂ ਇਹਦੀ ਐਗਜ਼ਾਮਪਲ ਇੱਕ ਚਾਹ ਦਾ ਕੱਪ ਹੈਗਾ ਮੈਂ ਫਿਰ ਤੋਂ ਚਾਹ ਦੀ ਕੱਪ ਦੀ ਐਗਜ਼ਾਮਪਲ ਲੈ ਰਿਹਾ ਇੱਕ ਚਾਹ ਦਾ ਕੱਪ ਹੈਗਾ ਤੁਸੀਂ ਕਿਤੇ ਵੀ ਸਰਾਉਂਡਿੰਗ ਚ ਰੱਖਿਆ ਹੈ ਜਾਂ ਟੇਬਲ ਤੇ ਰੱਖਿਆ ਫਿਰ ਦੂਸਰਾ ਕੰਡੀਸ਼ਨ ਹੈ ਕਿ ਆ ਕਿ ਉਹੀ ਚਾਹ ਦੇ ਕੱਪ ਨੂੰ ਜੇਕਰ ਤੁਸੀਂ ਫ੍ਰਿਜ ਦੇ ਵਿੱਚ ਰੱਖ ਦਿੰਦੇ ਹੋ ਕਿਹੜਾ ਚਾਦਰ ਕੱਪ ਜਿਹੜਾ ਹੈਗਾ ਜਲਦੀ ਠੰਡਾ ਹੋਏਗਾ ਓਬਵੀਅਸ ਗੱਲ ਹੈ ਕਿ ਜਿਹੜਾ ਫ੍ਰਿਜ ਦੇ ਵਿੱਚ ਪਿਆ ਉਹ ਜਲਦੀ ਠੰਡਾ ਹੋਏਗਾ ਮਤਲਬ ਕਿ ਡਿਪੈਂਡ ਕਰਦਾ ਉਸ ਬੋਡੀ ਦਾ ਟੈਂਪਰੇਚਰ ਤੇ ਉਸ ਦੇ ਆਲੇ ਦੁਆਲੇ ਜਿਹੜਾ ਸਰਾਊਂਡਿੰਗ ਹੈਗਾ ਉਹਦਾ ਟੈਂਪਰੇਚਰ ਕੀ ਹੈ ਇਸ ਚੀਜ਼ ਤੇ ਡਿਪੈਂਡ ਕਰਦਾ ਕਿ ਉਹ ਕੋਈ ਵੀ ਜਿਹੜੀ ਬੋਡੀ ਹੈਗੀ ਉਹ ਜਲਦੀ ਕਿੱਦਾਂ ਠੰਡੀ ਹੋਏਗੀ ਮਤਲਬ ਕਿ ਫ੍ਰਿਜ ਚ ਰੱਖਿਆ ਕੱਪ ਜਲਦੀ ਠੰਡਾ ਹੋਗਾ ਹੋਏਗਾ ਕਿਉਂਕਿ ਉਹਦੇ ਸਰਾਊਂਡਿੰਗ ਦਾ ਟੈਂਪਰੇਚਰ ਹੈਗਾ ਉਹ ਘੱਟ ਹੈਗਾ ਠੀਕ ਹੈ ਸਮਝ ਲੱਗ ਗਿਆ ਨਾ ਆਈ ਹੋਪ ਤੇ ਨੈਕਸਟ ਵਧਿਆ When a substance passes from the solid state to vapor state of, without passing through the liquid state the phenomenon is called ਕੀ ਕਹਿ ਰਿਹਾ ਸਿੰਪਲ ਭਾਸ਼ਾ ਵਿੱਚ ਤੁਹਾਨੂੰ ਸਮਝਾਉਣਾ ਕਿ ਜੇਕਰ ਕੋਈ ਸੋਲਿਡ ਸਟੇਟ ਕੋਈ ਚੀਜ਼ ਹੈਗੀਆ ਮਤਲਬ ਕੋਈ ਸਖਤ ਚੀਜ਼ ਹੈਗੀਆ ਉਹ ਡਾਇਰੈਕਟ ਗੈਸ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਜਾਂ ਫਿਰ ਕਹਿ ਸਕਦੇ ਹਾਂ ਕਿ ਵੇਪਰ ਸਟੇਟ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਤੇ ਉਸ ਫੀਨੋਮੈਨਾ ਨੂੰ ਕੀ ਕਾਂਗੇ ਉਸ ਵਿਧੀ ਨੂੰ ਕੀ ਕਵਾਂਗੇ ਤੇ ਉਹ ਕਵਾਂਗੇ ਸਬਲੀਮੇਸ਼ਨ ਕੋਈ ਸੋਲਿਡ ਸਟੇਟ ਦੇ ਵਿੱਚ ਕੋਈ ਚੀਜ਼ ਹੈਗੀਆ ਸਖਤ ਚੀਜ਼ ਦੇ ਵਿੱਚ ਹੈਗੀਆ ਉਹ ਡਾਇਰੈਕਟਲੀ ਗੈਸ ਵਿੱਚ ਕਨਵਰਟ ਹੋ ਜਾਂਦੀ ਹੈ ਤੇ ਉਹ ਉਸ ਚੀਜ਼ ਦਾ ਕਿਹੜਾ ਫੀਨੋਮੈਨਾ ਹੁੰਦਾ ਉਹਨੂੰ ਕੀ ਕਹਿੰਦੇ ਸਬਲੀਮੇਸ਼ਨ ਮੈਂ ਤੁਹਾਨੂੰ ਇੱਕ ਡਾਇਗਰਾਮ ਦੇ ਨਾਲ ਸਮਝਾਣਾ ਦੇਖੋ ਜੋ ਕੋਈ ਜੀਸ ਸੋਲਿਡ ਤੋਂ ਗੈਸ ਦੇ ਵਿੱਚ ਕਨਵਰਟ ਹੁੰਦੀ ਹੈ ਉਹਨੂੰ ਕਹਿੰਦੇ ਸਬਲੀਮੇਸ਼ਨ ਜੇ ਗੈਸ ਤੋਂ ਸੋਲਿਡ ਦੇ ਵਿੱਚ ਹੋਏ ਉਹਨੂੰ ਕਹਿੰਦੇ ਡੈਪੋਜ਼ੀਸ਼ਨ ਤੇ ਗੈਸ ਤੋਂ ਲਿਕਵਿਡ ਚ ਹੋਏ ਉਹਨੂੰ ਕੰਡੈਂਸੇਸ਼ਨ ਕਹਿੰਦੇ ਹੈ ਲਿਕਵਿਡ ਤੋਂ ਗੈਸ ਚ ਹੋਏ ਉਹਨੂੰ ਵੈਪੋਰੇਸ਼ਨ ਕਹਿੰਦੇ ਜਿੱਦਾਂ ਕੀ ਪਾਣੀ ਭਾਪ ਬਣ ਜਾਂਦਾ ਤੁਹਾਨੂੰ ਪਤਾ ਹੋਣਾ ਹੈ ਉਕੀ ਹੁੰਦਾ ਇਵੇਪੋਰੇਟ ਹੋ ਜਾਂਦਾ ਤੇ ਸੋਲਿਡ ਲiquid ਚ ਟ੍ਰਾਂਸਫਰ ਹੋ ਜਾਏ ਉਹਨੂੰ ਕਹਿੰਦੇ ਮੈਲਟਿੰਗ ਠੀਕ ਹੈ ਇਹ ਸਾਰੀ ਚੀਜ਼ਾਂ ਹੈਗੀਆਂ ਤੁਸੀਂ ਇੱਕ ਵਾਰ ਦੇਖ ਲਿਓ ਇਹ ਸਾਇੰਸ ਦਾ ਕੁਐਸਚਨ ਹੈਗਾ ਵੀ ਨੈਕਸਟ ਹੈਗਾ ਕੋਰੈਕਟਡ ਵਿਜ਼ਨ ਆਫ ਹਿਊਮਨ ਆਈ ਕੈਨ ਬੀ ਅਚੀਵਡ ਬਾਈ ਪ੍ਰਿਸਕ੍ਰਿਪਸ਼ਨ ਗਲਾਸਿਸ which uses the principle of ਮਤਲਬ ਕਿ ਜਦ ਹੀ ਐਂਡਕਾਂ ਲੱਗਦੀਆਂ ਨਾ ਸਾਨੂੰ ਚਸ਼ਮੇ ਲੱਗਦੇ ਆ ਉਹਨਾਂ ਦੇ ਵਿੱਚ ਜਿਹੜੇ ਸ਼ੀਸ਼ੇ ਲੱਗੇ ਹੁੰਦੇ ਆ ਉਹ ਕਿਤੇ ਡਿਪੈਂਡ ਕਰਦੇ ਆ ਮਤਲਬ ਕਿਹੜਾ ਫੀਨੋਮਨਾ ਹੁੰਦਾ ਉਹਦੇ ਵਿੱਚ ਤੇ ਸਿੰਪਲ ਜੀ ਗੱਲ ਐ ਕਿ ਉਹਦੇ ਵਿੱਚ ਕੀ ਹੁੰਦੀ ਆ ਰਿਫ੍ਰੈਕਸ਼ਨ ਹੁੰਦੀ ਆ ਤਾਂ ਹੀ ਰਿਫ੍ਰੈਕਸ਼ਨ ਦੇ ਫੀਨੋਮਨਾ ਤੇ ਉਹ ਕੰਮ ਕਰਦੇ ਹੈਗੇ ਆ ਠੀਕ ਹੈ ਇਹ ਦੋਹੀ ਛੋਟੀ ਕਲਾਸਾਂ ਦੇ ਵਿੱਚ ਵੀ ਪੜਿਆ ਹੋਇਆ ਹੈ ਰਿਫਲੈਕਸ਼ਨ ਤੇ ਰਿਫ੍ਰੈਕਸ਼ਨ ਹੈ ਨਾ ਕੀ ਹੁੰਦਾ ਹੈ ਕੀ ਆਨਸਰ ਹੁੰਦਾ ਹੈਗਾ ਇਹਦਾ ਕਿ ਜੇ ਕੋਈ ਲਾਈਟ ਜਿਹੜੀ ਵੈਲ ਪਾਲਿਸ਼ਡ ਸਰਫੇਸ ਦੇ ਉੱਤੇ ਟਕਰਾ ਰਹੀ ਹੈ ਤੇ ਉਹ ਬੈਕ ਵਾਪਸ ਆ ਜਾਂਦੀ ਹੈ ਉਹਨੂੰ ਕਹਿੰਦੇ ਹੈ ਰਿਫਲੈਕਸ਼ਨ ਜੇ ਕੋਈ ਮਿਰਰ ਹੈਗਾ ਉਹਦੇ ਵਿੱਚੋਂ ਦੀ ਪਾਸ ਹੋ ਜਾਂਦੀ ਹੈ ਲਾਈਟ ਤੇ ਉਹ ਬੈਂਡ ਹੋ ਜਾਂਦੀ ਹੈ ਜਾਂ ਫਿਰ ਜੋ ਵੀ ਹੁੰਦਾ ਹੈ ਤੇ ਉਹਨੂੰ ਕਹਿੰਦੇ ਹੈ ਰਿਫ੍ਰੈਕਸ਼ਨ ਠੀਕ ਹੈ ਇਸ ਚੀਜ਼ਾਂ ਜਦੋਂ ਤੁਸੀਂ ਅੱਗੇ ਅਸੀਂ ਆਰਟੀ ਪੜੋਗੇ ਤੁਹਾਨੂੰ ਚੰਗੀ ਤਰੀਕੇ ਨਾਲ ਸਮਝ ਆ ਜਾਏਗੀ ਨੈਕਸਟ ਵੱਧਦੇ ਹਾਂ ਨੈਕਸਟ ਕੁਐਸਚਨ ਹੈਗਾ ਯੂਜੂਅਲੀ ਦਾ ਆਊਟਸਾਈਡ ਰੇਅਰ ਵਿਊ ਮਿਰਰ ਆਫ ਅ ਮੋਟਰ ਵਹੀਕਲ ਆਰ ਮਤਲਬ ਕਿ ਜਿਹੜੇ ਗੱਡੀਆਂ ਦੇ ਸਾਈਡਾਂ ਤੇ ਜਿਹੜੇ ਪਿੱਛੇ ਦੇਖਣ ਲਈ ਮਿਰਰ ਲੱਗੇ ਹੁੰਦੇ ਆ ਉਹ ਕਿਹੜੇ ਮਿਰਰ ਹੁੰਦੇ ਆ ਹਨਾ ਤੇ ਸਿੰਪਲੀ ਉਹ ਹੁੰਦੇ ਆ ਕਨਵੈਕਸ ਮਿਰਰ ਠੀਕ ਹੈ ਯਾਦ ਰੱਖਣਾ ਹੈ ਬੀ ਸਾਇੰਸ ਦਾ ਕੁਐਸਚਨ ਹੈਗਾ ਇਲੈਕਟ੍ਰਿਕ ਕਰੰਟ ਫਲੋਜ਼ ਇਨ ਅ ਕੰਡਕਟਰ ਡਿਊ ਟੂ ਮਤਲਬ ਕਿ ਜਿਹੜਾ ਕਰੰਟ ਫਲੋ ਹੁੰਦਾ ਕਿ ਇਹ ਕੰਡਕਟਰ ਦੇ ਵਿੱਚ ਕਿਹ ਤਾਰ ਦੇ ਵਿੱਚ ਤੇ ਉਹ ਕਿਹਦੇ ਕਾਰਨ ਹੁੰਦਾ ਤੇ ਉਹ ਹੁੰਦਾ ਹੈ ਪੋਟੈਂਸ਼ੀਅਲ ਡਿਫਰੈਂਸ ਦੇ ਕਾਰਨ ਠੀਕ ਹੈ ਤੁਸੀਂ ਬਸ ਯਾਦ ਰੱਖੋ ਫਿਲਹਾਲ ਤੁਸੀਂ ਇਹ ਦੇਖੋ ਕਿ ਐਨਲਾਈਜ਼ ਕਰ ਰਹੇ ਆਪਾਂ ਕਿ ਕੁਐਸਚਨ ਦੇਖਨੇ ਆ ਜੇਕਰ ਤੁਹਾਨੂੰ ਆਨਸਰ ਨਹੀਂ ਵੀ ਪਤਾ ਤਾਂ ਵੀ ਤੁਸੀਂ ਇਹ ਦੇਖੋ ਕਿ ਆਪਾਂ ਐਨਲਾਈਜ਼ ਕਰ ਰਹੇ ਆ ਜਦੋਂ ਆਪਾਂ ਚੀਜ਼ਾਂ ਪੜ੍ਹਾਂਗੇ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਣਗੇ ਉਸ ਟਾਈਮ ਤੇ ਠੀਕ ਹੈ ਵੈਕਸੀਨ ਆ ਯੂਜ਼ ਟੂ ਬਿਲਡ ਇਮਿਊਨਿਟੀ ਟੂ ਡਿਜ਼ੀਜ਼ ਬਾ ਮਤਲਬ ਕਿ ਜਿਹੜੇ ਟੀਕੇ ਹੁੰਦੇ ਆ ਉਹ ਡਿਜ਼ੀਜ਼ ਨਾਲ ਉਹ ਬਿਮਾਰੀ ਨਾਲ ਲੜਨ ਤੋਂ ਕਿਸ ਤਰ੍ਹਾਂ ਮਦਦ ਕਰਦੇ ਆ ਸਾਡੀ ਬੋਡੀ ਦੀ ਇਸ ਜੀ ਨੂੰ ਸਮਝਣ ਤੋਂ ਪਹਿਲਾਂ ਆਪਾਂ ਇੱਕ ਚੀਜ਼ ਸਮਝ ਲਈਏ ਕਿ ਜੇ ਸਾਡੀ ਬੋਡੀ ਹੁੰਦੀ ਹੈ ਜੇਕਰ ਉਹਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ ਡਿਜ਼ੀਜ਼ ਹੋ ਜਾਂਦਾ ਹੈ ਤੇ ਸਾਡੀ ਬੋਡੀ ਕੀ ਕਰਦੀ ਹੈ ਐਂਟੀਬਾਡੀਜ਼ ਪ੍ਰੋਡਿਊਸ ਕਰਦੀ ਹੈ ਜਿਹਦੇ ਨਾਲ ਕੀ ਹੁੰਦੀ ਹੈ ਉਹ ਐਂਟੀਬਾਡੀਜ਼ ਜਿਹੜੀ ਕੀ ਕਰਦੀਆਂ ਔਰ ਡਿਜ਼ੀਜ਼ ਨਾਲ ਲੜਨ 'ਚ ਸਾਡੀ ਬੋਡੀ ਦੀ ਹੈਲਪ ਕਰਦੀਆਂ ਤੇ ਇਹਦਾ ਆਨਸਰ ਕੀ ਰਹੇਗਾ ਸਿਮੂਲੇਟਿੰਗ ਡਿਜ਼ੀਜ਼ ਇਨ ਦਾ ਬੋਡੀ ਟੂ ਪ੍ਰੋਡਿਊਸ ਐਂਟੀਬਾਡੀਜ਼ ਮਤਲਬ ਕਿ ਟੀਕੇ ਕੀ ਕਰਦੇ ਆ ਉਸੋ ਡਿਜ਼ੀਜ਼ ਨੂੰ ਸਿਮੂਲੇਟ ਕਰ ਦਿੰਦੇ ਆ ਤਾਂ ਕਿ ਸਾਡੀ ਬੋਡੀ ਜਿਹੜੀ ਹੈ ਐਂਟੀਬਾਡੀਜ਼ ਬਣਾਣ ਤੇ ਉਸ ਬਿਮਾਰੀ ਨਾਲ ਲੜਨ ਠੀਕ ਹੈ ਨੈਕਸਟ ਕੁਐਸਚਨ ਹੈਗਾ ਵਿਚ ਫੈਕਟ ਅਬਾਊਟ ਸਪੀਡ ਐਂਡ ਵੈਲੋਸਟੀ ਇਨਕੋਰੈਕਟ ਮਤਲਬ ਕਿ ਇਹਨਾਂ ਵਿੱਚੋਂ ਕਿਹੜਾ ਜਿਹੜਾ ਫੈਕਟ ਹੈਗਾ ਸਪੀਡ ਤੇ ਵੈਲੋਸਟੀ ਬਾਰੇ ਗਲਤ ਹੈਗਾ ਫਿਰ ਆਪਾਂ ਆਨਸਰ ਦੇਖ ਲੈਣੇ ਆ ਸਪੀਡ ਮਸਟ ਬੀ ਇਨ ਪਰਟੀਕੂਲਰ ਡਾਇਰੈਕਸ਼ਨ ਤੇ ਇਹ ਚੀਜ਼ ਗਲਤ ਹੈ ਕਿ স্পੀਡ ਦਾ ਡਾਇਰੈਕਸ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਿਹੜੀ ਵੈਲੋਸਟੀ ਹੁੰਦੀ ਆ ਉਹਦਾ ਲੈਣਾ ਦੇਣਾ ਹੁੰਦਾ ਜਿਹੜਾ ਡਾਇਰੈਕਸ਼ਨ ਦੇ ਨਾਲ ਮਤਲਬ ਕਿ ਵੈਲੋਸਟੀ ਡਾਇਰੈਕਸ਼ਨ ਤੇ ਡਿਪੈਂਡ ਕਰਦੀ ਪਰ ਸਪੀਡ ਨਹੀਂ ਡਿਪੈਂਡ ਕਰਦੀ ਵਹ ਦੋਨਾਂ ਦਾ ਫਾਰਮੂਲਾ ਕੀ ਹੁੰਦਾ ਸਪੀਡ ਦਾ ਫਾਰਮੂਲਾ ਦਾ ਡਿਸਟੈਂਸ ਅਪਨ ਟਾਈਮ ਤੇ ਵੈਲੋਸਟੀ ਹੁੰਦੀ ਆ ਡਿਸਪਲੇਸਮੈਂਟ ਅਪਨ ਟਾਈਮ ਤੇ ਸਪੀਡ ਦੇ ਕਿਚਡਾ ਡਿਸਟੈਂਸ ਹੁੰਦਾ ਕੋਈ ਕਿਸੇ ਪ੍ਰਕਾਰ ਦਾ ਹੋ ਸਕਦਾ ਹੈ ਮੋਡ ਵਾਲਾ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਸਰਕੂਲਰ ਠੀਕ ਹੈ ਪਰ ਵੈਲੋਸਿਟੀ ਦੇ ਕੇਸ ਚ ਜਿਹੜਾ ਡਿਸਟੈਂਸ ਹੁੰਦਾ ਉਹ ਡਾਇਰੈਕਟਲੀ A ਪੁਆਇੰਟ ਤੋਂ B ਪੁਆਇੰਟ ਦੇ ਵਿੱਚ ਸਿੱਧਾ ਸਿੱਧਾ ਡਿਸਟੈਂਸ ਹੁੰਦਾ ਠੀਕ ਹੈ ਤੁਸੀਂ ਇਹ ਚੀਜ਼ ਸਮਝ ਸਕਦੇ ਹੋ ਹੁਣ ਆਪਾਂ ਬਾਕੀ ਪੁਆਇੰਟ ਵੀ ਕਵਰ ਕਰ ਲੈਣੇ ਆ ਜਿਸ ਤਰ੍ਹਾਂ ਕਿ ਸਪੀਡ ਇਜ਼ ਦਾ ਡਿਸਟੈਂਸ ਟਰੈਵਲਡ ਬਾਏ ਅ ਬੋਡੀ ਇਨ ਅ ਪਾਰਟਿਕੂਲਰ ਟਾਈਮ ਮਤਲਬ ਕਿ ਸਪੀਡ ਇੱਕ ਤਰ੍ਹਾਂ ਦਾ ਡਿਸਟੈਂਸ ਹੈਗਾ ਜਿਹੜਾ ਕਿ ਇੱਕ ਪਾਰਟਿਕੂਲਰ ਟਾਈਮ ਦੇ ਦੁਆਰਾ ਕਵਰ ਕੀਤਾ ਗਿਆ ਇੱਕ ਬੋਡੀ ਦੇ ਦੁਆਰਾ ਵੈਲੋਸਿਟੀ ਦਾ ਸਪੀਡ ਇਨ ਅ ਪਾਰਟਿਕੂਲਰ ਡਾਇਰੈਕਸ਼ਨ ਮਤਲਬ ਵੈਲ ਬੋਥ ਸਪੀਡ ਐਂਡ ਦਾ ਵੈਲੋਸਿਟੀ ਡਿਪੈਂਡ ਅਪੋਨ ਡਿਸਟੈਂਸ ਐਂਡ ਟਾਈਮ ਠੀਕ ਗੱਲ ਹੈ ਕਿ ਦੋਨੋਂ ਜਿਹੜੀ ਚੀਜ਼ਾਂ ਹੈਗੀ ਆ ਉਹ ਡਿਸਟੈਂਸ ਤੇ ਵੀ ਡਿਪੈਂਡ ਕਰਦੀਆਂ ਟਾਈਮ ਤੇ ਵੀ ਡਿਪੈਂਡ ਕਰਦੀ ਆ ਪਰ ਜਿਹੜੀ ਵੈਲੋਸਿਟੀ ਹੈਗੀ ਆ ਉਹ ਡਾਇਰੈਕਸ਼ਨ ਤੇ ਡਿਪੈਂਡ ਕਰਦੀ ਆ ਸਪੀਡ ਜਿਹੜੀ ਡਾਇਰੈਕਸ਼ਨ ਤੇ ਡਿਪੈਂਡ ਨਹੀਂ ਕਰਦੀ ਠੀਕ ਹੈ ਇਹ ਗੱਲਾਂ ਤੁਸੀਂ ਯਾਦ ਰੱਖਣੀਆਂ ਨੈਕਸਟ ਵਧਦੇ ਆ बायोगैस प्लांट्स यूज्ड फॉर प्रोड्यूसिंग डोमेस्टिक फ्यूल प्रोड्यूसेस डैश गैस व्हिच बर्न्स विदाउट गिविंग एनी स्मोक मतलब की सिंपल भाषा में देखिए दिस बायोगैस प्लांट केडी गैस प्रोड्यूस करदे है जडी की जलान दे उते कोई भी स्मोक या धुआं प्रोड्यूस नहीं होता तो सिंपल भाषा में आंसर हैगा मीथेन मीथेन एक तरह दी बायोगैस प्लांट दी गैस है की जडी की जलान दे उते कोई भी धुआं नहीं प्रोड्यूस होता नेक्स्ट है अगर ए सोलर वाटर हीटर कैन नॉट बी यूज्ड टू हॉट वाटर ओन ਮਤਲਬ ਸਿੰਪਲ ਜੀ ਗੱਲ ਹੈਗੀ ਹੈ ਕਿ ਜਿਹੜਾ ਸੋਲਰ ਵਾਟਰ ਹੀਟਰ ਹੁੰਦਾ ਹੈ ਕਿਦੇ ਨਾਲ ਕੰਮ ਕਰਦਾ ਹੈ ਸੂਰਜ ਦੀ ਰੋਸ਼ਨੀ ਤੇ ਕੰਮ ਕਰਦਾ ਹੈ ਹੈਨਾ ਹੁਣ ਸੂਰਜ ਦੀ ਰੋਸ਼ਨੀ ਜਦੋਂ ਨਹੀਂ ਹੋਏਗੀ ਆਬਵੀਅਸ ਹੈ ਕਿ ਸੋਲਰ ਵਾਟਰ ਹੀਟਰ ਵੀ ਕੰਮ ਨਹੀਂ ਕਰੇਗਾ ਤੇ ਸਿੰਪਲ ਆਨਸਰ ਹੈਗਾ ਉਹਨੇ ਕਲਾਉਡੀਡ ਡੇ ਜਦੋਂ ਕਿ ਬੱਦਲ ਹੋਣਗੇ ਸੋਲਰ ਵਾਟਰ ਹੀਟਰ ਪਾਣੀ ਨੂੰ ਗਰਮ ਨਹੀਂ ਕਰ ਪਾਏਗਾ ਸਿੰਪਲ ਜੀ ਗੱਲ ਨੈਕਸਟ ਵੱਧਿਆ ਵਿਚ ਆਫ ਦਾ ਫੋਲੋਇੰਗ ਕੌਨਸਟੀਟਿਊਟ ਅ ਫੂਡ ਚੇਨ ਮਤਲਬ ਕਿ ਇਹਨਾਂ ਵਿੱਚੋਂ ਕਿਹੜੀ ਜੜੀ ਸੀਰੀਜ਼ ਹੈਗੀ ਹੈ ਜਿਹੜੀ ਕਿ ਫੂਡ ਚੇਨ ਨੂੰ ਦਰਸਾ ਰਹੀ ਹੈ ਹੈਨਾ ਦੋਸਤੋ ਦੇਖੋ ਫੂਡ ਚੇਨ ਕਿ ਹੁੰਦੀ ਹੈ ਕਿ ਇੱਕ ਚੀਜ਼ ਦੂਸਰੀ ਚੀਜ਼ ਤੇ ਡਿਪੈਂਡ ਕਰਦੀ ਹੈ ਤੇ ਦੂਜੀ ਚੀਜ਼ ਤੀਸਰੀ ਚੀਜ਼ ਤੇ ਡਿਪੈਂਡ ਕਰਦੀ ਹੈ ਓਨ ði ਫੂਡ ਚੇਨ ਇਹਨਾਂ ਵਿੱਚੋਂ ਜਿਹੜਾ ਸਹੀ ਆਨਸਰ ਹੈਗਾ ਉਹ ਹੈਗਾ ਗ੍ਰਾਸ ਗੋਟ ਹਿਊਮਨ ਮਤਲਬ ਕਿ ਜਿਹੜੀ ਬੱਕਰੀ ਹੁੰਦੀ ਹੈ ਉਹ ਘਾਹ ਤੇ ਡਿਪੈਂਡ ਹੈ ਕਿਸੇ ਨਾ ਕਿਸੇ ਤਰ੍ਹਾਂ ਤੇ ਜਿਹੜਾ ਇਨਸਾਨ ਹੈਗਾ ਉਹ ਬੱਕਰੀ ਤੇ ਡਿਪੈਂਡ ਹੈਗਾ ਕਿਸੇ ਨਾ ਕਿਸੇ ਤਰ੍ਹਾਂ ਪਰ ਅਗਲੀ ਜਿਹੜੀ ਬਾਕੀ ਸੀਰੀਜ਼ ਹੈਗੀਆਂ ਕੋਈ ਵੀ ਕਿਸੇ ਤੇ ਡਿਪੈਂਡ ਨਹੀਂ ਲੱਗ ਰਿਹਾ ਜਿਸ ਤਾਂ ਕਿ ਮੈਂ ਸੀ ਪੁਆਇੰਟ ਦਿਖਾ ਤੇ ਕਾਹੋ ਕਿਸੇ ਤਰ੍ਹਾਂ ਜਾਂ ਗਾਂ ਕਿਸੇ ਤਰ੍ਹਾਂ ਵੀ ਬੱਕਰੀ ਦੇ ਉੱਤੇ ਡਿਪੈਂਡੈਂਟ ਨਹੀਂ ਲੱਗਦੀ ਹਨ ਨਾ ਹੀ এলিਫੈਂਟ ਗਾਂ ਦੇ ਉੱਤੇ ਡਿਪੈਂਡ ਲੱਗਦਾ ਹੈ ਹਨਾ ਤੇ ਫੂਡ ਚੇਨ ਕਿਉਂ ਹੁੰਦੀ ਹੈ ਕਿ ਇੱਕ ਦੂਸਰੇ ਉੱਤੇ ਡਿਪੈਂਡ ਹੁੰਦੇ ਆ ਉਹ ਚੀਜ਼ ਹੁੰਦੀ ਹੈ ਫੂਡ ਚੇਨ ਠੀਕ ਹੈ ਨੈਕਸਟ ਵੱਧਦੇ ਆ ਨੈਕਸਟ ਹੈਗਾ ਐਟ ਦਾ ਟਾਈਮ ਆਫ ਦਾ ਸ਼ਾਰਟ ਸਰਕਟ ਦਾ ਕਰੰਟ ਓਨ ਦਾ ਸਰਕਟ ਮਤਲਬ ਕਿ ਜਦੋਂ ਸ਼ਾਰਟ ਸਰਕਟ ਹੁੰਦਾ ਹੈ ਤੇ ਕਰੰਟ ਸਰਕਟ ਦੇ ਵਿੱਚ ਕਿਸ ਤਰ੍ਹਾਂ ਦਾ ਹੁੰਦਾ ਹੈ ਤੇ ਸਹੀ ਇਹਦਾ ਸਹੀ ਆਨਸਰ ਹੈਗਾ एन क्राइस हैव मतलब कि ਜਦੋਂ ਵੀ ਸ਼ਾਰਟ ਸਰਕਟ ਹੁੰਦਾ ਤੇ ਕਰੰਟ ਬਹੁਤ ਜ਼ਿਆਦਾ ਵੱਧ ਜਾਂਦਾ ਠੀਕ ਹੈ ਜਿਹਦੇ ਕਾਰਨ ਕਈ ਵਾਰੀ ਅਪਲੈਂਸਸ ਵੀ ਸੜ ਜਾਂਦੇ ਸਾਡੇ ਜਿਹੜੇ ਘਰਾਂ ਚ ਲੱਗੇ ਹੁੰਦੇ ਆ next question which of the following correctly describe a magnetic field near a long straight of wire carrying current matlab ki ek single wire de vichon jadon current pass hunda hai to ude aas paase jehda magnetic field kis tarah hunda hai dosto ek gal yaad rakho ki je kar kisi bhi conductor de vich current pass ho reha ta ude vichon jehda ude aas paase jehda magnetic field produce hunda hai to jehda single wire long straight wire de case ch kida hunda hai ye circular ring type da hunda hai ਕੌਂਸੈਂਟ੍ਰਿਕ ਸਰਕਲ ਦੇ ਟਾਈਪ ਦਾ ਹੁੰਦਾ ਮਤਲਬ ਤੁਹਾਨੂੰ ਦੱਸ ਦੇਣਾ ਕਿਸ ਤਰ੍ਹਾਂ ਹੁੰਦਾ ਇਸ ਤਰ੍ਹਾਂ ਹੁੰਦਾ ਹੈ ਕਿ ਜੇਕਰ ਆਈ ਕਰੰਟ ਹੈਗਾ ਕਿਸੇ ਸਿੰਗਲ ਵਾਇਰ ਚ ਜਾ ਰਿਹਾ ਉਹਦੇ ਆਸ-ਪਾਸ ਜਿਹੜਾ ਮੈਗਨੇਟਿਕ ਫੀਲਡ ਹੋਏਗਾ ਕੌਂਸੈਂਟ੍ਰਿਕ ਸਰਕਲ ਦੀ ਤਰ੍ਹਾਂ ਹੋਏਗਾ ਠੀਕ ਹੈ ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਣਾ ਨੈਕਸਟ ਵਟ ਦਿਆ ਕਿਡਨੀ ਇਨ ਹਿਊਮਨ ਬੀਿੰਗ ਆਰ ਪਾਰਟ ਆਫ ਅ ਸਿਸਟਮ ਮਤਲਬ ਕਿ ਹਿਊਮਨ ਬੀਿੰਗ ਦੇ ਵਿੱਚ ਇਨਸਾਨਾਂ ਦੇ ਵਿੱਚ ਕਿਡਨੀ ਦਾ ਕੀ ਕੰਮ ਹੁੰਦਾ ਤੇ ਉਹ ਕੀ ਕਰਦੀ ਐ ਐਕਸਕ੍ਰੀਸ਼ਨ ਕਰਦੀ ਐ ਮਤਲਬ ਕਿ ਵੇਸਟ ਪ੍ਰੋਡਕਟ ਨੂੰ ਅਲੱਗ ਕਰਦੀ ਐ ਠੀਕ ਹੈ ਨੈਕਸਟ ਵੱਧਦੇ ਹਾਂ ਦਾ ਜ਼ਾਈਲਮ ਇਨ ਪਲਾਂਟਸ ਆ ਰਿਸਪੌਂਸਿਬਲ ਫੋਰ ਉਹਨ ਜ਼ਾਈਲਮ ਪੌਦਿਆਂ ਦੇ ਵਿੱਚ ਕੀ ਕੰਮ ਕਰਦਾ ਹੈ ਠੀਕ ਹੈ ਤੇ ਜ਼ਾਈਲਮ ਕੀ ਕਰਦਾ ਹੈ ਜ਼ਾਈਲਮ ਕੀ ਕਰਦਾ ਟ੍ਰਾਂਸਪੋਰਟ ਆਫ ਵਾਟਰ ਮਤਲਬ ਕਿ ਪਾਣੀ ਦਾ ਆਦਾਨ ਪ੍ਰਦਾਨ ਕਰਦਾ ਹੈ ਪੌਦਿਆਂ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜਾ ਫਾਈਲਮ ਸੀਗਾ ਉਹ ਆਈ ਥਿੰਕ ਟ੍ਰਾਂਸਪੋਰਟ ਕਰਦਾ ਫੂਡ ਨੂੰ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਇਹ ਵੀ ਸਾਇੰਸ ਦਾ ਕੁਐਸਚਨ ਹੈਗਾ ਨੈਕਸਟ ਵੱਧਦੇ ਹਾਂ ਵਿਚ ਵਨ ਆਫ ਦਾ ਫੋਲੋਇੰਗ ਇਜ਼ ਅ ਨੋਟੇ ਵੈਬ ਬ੍ਰਾਊਜ਼ਰ ਮਤਲਬ ਕਿ ਇਹਨਾਂ ਵਿੱਚੋਂ ਕਿਹੜਾ ਜਿਹੜਾ ਹੈਗਾ ਵੈਬ ਬ੍ਰਾਊਜ਼ਰ ਨਹੀਂ ਹੈਗਾ इंटरनेट एक्सप्लोरर वेब ब्राउजर है विंडो एक्सप्लोरर वेब ब्राउजर नहीं हैगा ठीक है तो सही आंसर रहेगा विंडो एक्सप्लोरर तो गूगल क्रोम भी वैब ब्राउजर है तो सफारी भी वैब ब्राउजर है नैक्सट है अडोब एक्रोबैट फाइल्स हैव सफिक्स मतलब कि अडोप दी फाइलों होंगे उनके पिछे की लगता है ਤੋਂ ਦੇ ਪਿੱਛੇ ਲੱਗਦਾ ਹੈਗਾ .pdf ਜਿਸ ਤਰ੍ਹਾਂ ਕੀ ਆਪਾਂ ਤੁਹਾਨੂੰ ਪ੍ਰੋਵਾਈਡ ਕਰਦੇ ਆ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੇਕਰ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਨਹੀਂ ਜੁਆਇਨ ਕੀਤਾ ਹਾਲੇ ਤੱਕ ਤੇ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ ਕਿਉਂਕਿ ਆਪਾਂ ਹਰ ਇੱਕ ਵੀਡੀਓ ਦਾ ਲੈਕਚਰ ਜਿਹੜਾ ਉਹਦੇ ਵਿੱਚ ਪਾ ਦਿੰਨੇ ਆ ਤੇ ਬੱਚਿਆਂ ਨੂੰ ਨੋਟੀਫਿਕੇਸ਼ਨ ਮਿਲ ਜਾਂਦਾ ਇਸ ਤੋਂ ਇਲਾਵਾ ਹਰ ਇੱਕ ਵੀਡੀਓ ਦੇ ਜੇਕਰ ਪੀਡੀਐਫ ਚਾਹੀਦਾ ਤੁਹਾਨੂੰ ਤੇ ਉਹ ਵੀ ਆਪਾਂ ਉਹਦੇ ਵਿੱਚ ਪ੍ਰੋਵਾਈਡ ਕਰਦੇ ਆ ਤੇ ਤੁਸੀਂ ਉੱਥੇ ਜਾ ਕੇ ਟੈਲੀਗ੍ਰਾਮ ਤੇ ਜਾ ਕੇ ਤੁਸੀਂ ਬਸ ਲਿਖਣਾ ਪੰਜਾਬ ਐਗਜ਼ਾਮ ਅੰਡਾ ਤੁਹਾਨੂੰ ਸਾਡਾ ਚੈਨਲ ਮਿਲ ਜੇਗਾ ਠੀਕ ਹੈ ਤੇ ਹਰੇਕ ਪੀਡੀਐਫ ਤੁਹਾਨੂੰ ਮਿਲ ਜੇਗਾ ਉਹਦੇ ਵਿੱਚ ਠੀਕ ਹੈ ਨੈਕਸਟ ਵਟ ਦੇ ਆ ਨੈਕਸਟ ਅਗਿਆ ਕੈਗ ਹੈਜ਼ ਅਪੁਆਇੰਟਡ ਆਊਟ ਸਰਟਨ ਇਰੈਗੂਲਰिटीज ਇਨ ਅ ਅਲੋਟਮੈਂਟ ਆਫ ਸਪੈਕਟ੍ਰਮ ਟੂ ਸੈੱਲਫੋਨ ਆਪਰੇਟਰਸ ਮਤਲਬ ਕੀ ਹੈ ਸਾਨੂੰ ਉਸ ਟਾਈਮ ਦੇ 2012 ਦੇ ਜਿਹੜਾ ਕਰੰਟ ਅਫੇਅਰ ਦਾ ਕੁਸ਼ਣ ਆ ਗਿਆ ਸਾਨੂੰ ਯਾਦ ਕਰਨ ਦੀ ਲੋੜ ਨਹੀਂ ਹੈਗੀ ਬਸ ਤੁਸੀਂ ਇਹ ਯਾਦ ਰੱਖੋਗੇ ਕਿ ਕਹ ਹੈ ਜਿਹੜੀ ਇੱਕ ਕਨਸਟੀਟਿਊਸ਼ਨਲ ਬੋਡੀ ਕਹਿ ਸਕਦੇ ਆਪਾਂ ਗਵਰਨਮੈਂਟ ਬੋਡੀ ਹੈਗੀ ਹੈ ਤੇ ਜੇਕਰ ਉਹ ਕੋਈ ਅਨਾਉਂਸਮੈਂਟ ਕਰਦੀ ਹੈਗੀ ਕੋਈ ਵੀ ਕਨਸਟੀਟਿਊਸ਼ਨਲ ਬੋਡੀ ਜਾਂ ਫਿਰ ਕਹਿ ਸਕਦੇ ਆ ਗਵਰਨਮੈਂਟ ਬੋਡੀ ਜੇ ਕੋਈ ਅਨਾਉਂਸਮੈਂਟ ਕਰਦੀ ਹੈ ਤੇ ਉਹਦੇ ਉੱਤੇ ਧਿਆਨ ਰੱਖਣਾ ਤੁਸੀਂ ਠੀਕ ਹੈ ਤੇ ਇੱਕ ਕਰੰਟ ਅਫੇਅਰ ਦਾ ਕੁਸ਼ਣ ਆ ਗਿਆ ਨੂੰ ਯਾਦ ਕਰਨ ਦੀ ਲੋੜ ਨਹੀਂ ਹੈਗੀ ਨੈਕਸਟ ਹੈਗਾ ਵਿਚ ਇਜ਼ ਕਰੈਕਟ ਅਬਾਊਟ ਅ ਰੇਸ਼ੋ ਫ੍ਰੀਕਵੈਂਸੀ ਮਤਲਬ ਫ੍ਰੀਕਵੈਂਸੀ ਬਾਰੇ ਕਿਹੜੀ ਚੀਜ਼ ਸਹੀ ਹੈ ਗਿਆ ਨਾ ਵਿੱਚੋਂ ਤੇ ਇਹ ਸਹੀ ਹੈ ਗਿਆ ਹਾਇਰ ਦਾ ਫ੍ਰੀਕਵੈਂਸੀ ਲੋਅਰ ਵਿਲ ਬੀ ਦਾ ਵੇਵਲੈਂਥ ਮਤਲਬ ਕਿ ਫ੍ਰੀਕਵੈਂਸੀ ਜਿੰਨੀ ਜ਼ਿਆਦਾ ਹੋਏਗੀ ਉਨਾ ਹੀ ਘੱਟ ਵੇਵਲੈਂਥ ਹੋਏਗੀ ਤਾਂ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਮੈਂ ਸਾਊਂਡ ਤੇ ਲੈਕਚਰ ਬਣਾਇਆ ਹੋਇਆ ਮੈਂ ਕਿਸੇ ਵੀ ਦਿਨ ਤੇ ਮੈਂ ਉਹ ਜਲਦੀ ਹੀ ਅਪਲੋਡ ਕਰ ਦਾਂਗਾ ਜੀ ਆਪਣੇ ਚੈਨਲ ਦੇ ਉੱਤੇ ਤੇ ਉਹਦੇ ਵਿੱਚ ਮੈਂ ਸਭ ਕੁਝ ਡਿਸਕਸ ਕੀਤਾ ਹੈ ਫ੍ਰੀਕਵੈਂਸੀ ਸਾਊਂਡ ਵੇਵਲੈਂਥ ਸਭ ਕੁਝ ਤੇ ਉਹ ਤੁਸੀਂ ਜ਼ਰੂਰ ਦੇਖਿਓ ਜਦੋਂ ਵੀ ਅਪਲੋਡ ਕਰਾਂਗਾ ਮੈਂ ਨੈਕਸਟ ਵਧਿਆ ਭਾਰਤੀ ਸਾਹਿਤ ਅਕਾਦਮੀ ਅਵਾਰਡ ਵੀਨਰ ਦਲੀਪ ਕੋਟ ਦਿਵਾਨਾ ਵਾਸ ਅਵਾਰਡਡ ਦਿਸ ਆਨਰ ਫੋਰ ਵਿਚ ਆਫ ਦਾ ਹੇਰ ਰਾਈਟਿੰਗ ਇਹ ਵੀ ਜਿਹੜਾ ਹੈਗਾ ਉਹ ਕਰੰਟ ਅਫੇਅਰ ਦਾ ਕੁਐਸਚਨ ਹੈਗਾ ਤੇ ਮਤਲਬ ਕਿ ਜੇਕਰ ਕੋਈ ਅਵਾਰਡ ਮਿਲਦਾ ਜਿਸ ਤਰ੍ਹਾਂ ਕੀ ਪ੍ਰੈਸਟੀਜੀਅਸ ਅਵਾਰਡ ਹੈਗਾ ਇੰਡੀਆ ਦੇ ਉਹ ਤੁਸੀਂ ਯਾਦ ਰੱਖਣੇ ਆ ਕਿ ਕਿੰਨੂ ਕਿੰਨੂ ਮਿਲਿਆ ਹੈਗਾ ਜਿਸ ਤਰ੍ਹਾਂ ਇਹੀ ਹੋਊਗਾ ਕਿ ਭਾਰਤੀ ਸਾਹਿਤ ਅਕਾਦਮੀ ਅਵਾਰਡ ਕਿੰਨੂ ਮਿਲਿਆ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਅਵਾਰਡ ਮਿਲੇ ਹੋਣਗੇ ਇਸ ਸਾਲ ਜਾਂ ਫਿਰ ਜਦੋਂ ਤੱਕ ਦਾ ਵੀ ਤੁਸੀਂ ਕਰੰਟ ਅਫੇਅਰ ਤਿਆਰ ਕਰੋਗੇ ਉਹ ਵੀ ਤੁਸੀਂ ਯਾਦ ਰੱਖਣੇ ਆ ਨੈਕਸਟ ਵਧਿਆ ਨੈਕਸਟ ਆ ਗਾ ਵਿਚ ਆਫ ਦਾ ਰਾਈਟਰ ਐਂਡ ਹਿਸ ਬੁੱਕ ਹੈਜ਼ ਬੀਨ ਅਪੇਅਰਡ ਅਰੋਂਗਲੀ ਮਤਲਬ ਕਿ ਕਿਹੜਾ ਇਹਦੇ ਵਿੱਚੋਂ ਜਿਹੜਾ ਰਾਈਟਰ ਹੈਗਾ ਤੇ ਉਹਦਾ ਜਿਹੜਾ ਕੰਮ ਹੈਗਾ ਜਾਂ ਉਹਦੀ ਬੁੱਕ ਹੈਗੀ ਗਲਤ ਲਿਖੀ ਹੋਈ ਹੈ ਮਤਲਬ ਕਿ ਇਹਦੇ ਵਿੱਚ ਉਹ ਜਿਹੜੀ ਹੈਗੀ ਆ ਕਦਰ ਯਾ ਸੋਨੀ ਮਹੀਵਾਲ ਗਲਤ ਲਿਖਿਆ ਹੋਇਆ ਕਿਉਂਕਿ ਸੋਨੀ ਮਹੀਵਾਲ ਜਿਹੜੀ ਲਿਖੀ ਸੀਗੀ ਉਹ ਲਿਖੀ ਸੀਗੀ ਫਾਜ਼ਲ ਸ਼ਾਹ ਸੈਦ ਜੀ ਨੇ ਬਾਕੀ ਸਭ ਕੁਝ ਠੀਕ ਹੈਗਾ ਹੀ ਰਾਂਝਾ ਲਿਖੀ ਸੀਗੀ ਵਾਰਿਸ ਸ਼ਾਹ ਨੇ ਸਸੀ ਪੁੰਨੂ ਜਿਹੜੀ ਲਿਖੀ ਸੀਗੀ ਉਹ ਹਾ ਸ਼ਮਸ਼ਾ ਨੇ ਲਿਖੀ ਸੀਗੀ ਨੈਕਸਟ ਹੈਗਾ ਫਤਿਹ ਬੁਰਜਵਾਰੇ ਇਹਨਾਂ ਵਿੱਚੋਂ ਕਿਡੀਆਂ ਗੱਲਾਂ ਸਹੀ ਹੈਗੀਆਂ ਤੇ ਆਲ ਆਫ ਆਰ ਕਰੈਕਟ ਹੈਗੀਆਂ ਮਤਲਬ ਕਿ ਸਾਰੀ ਚੀਜ਼ਾਂ ਸਹੀ ਹੈਗੀਆਂ 100 ਮੀਟਰ ਟਾਲ ਹੈਗਾ ਤੇ ਕੁਤੂ ਮিনার ਤੋਂ ਵੀ ਉੱਚਾ ਹੈਗਾ ਤੇ ਇਹ ਬਣਾਇਆ ਗਿਆ ਸੀਗਾ ਜਦੋਂ ਬਾਬਾ ਬੰਦਾ ਸਿੰਘ ਜੀ ਨੇ ਸਰਹੰਦ ਦੇ ਉੱਤੇ ਫਤਿਹ ਕੀਤੀ ਸੀਗੀ ਉਹਦੀ ਯਾਦ ਵਿੱਚ ਬਣਾਇਆ ਗਿਆ ਤੇ ਇਹ ਜਿਹੜਾ ਪੈਂਦਾ ਹੈਗਾ ਕਿੱਥੇ ਪੈਂਦਾ ਹੈਗਾ ਚੱਪਟ ਚਿੜੀ ਦੀ ਲੋਕੇਸ਼ਨ ਕੋਲ ਪੈਂਦਾ ਹੈਗਾ ਠੀਕ ਹੈ ਨੈਕਸਟ ਵਧਿਆ ਵੱਟ ਟੂ ਮੂਵ ਸ਼ਹੀਦ ਭਗਤ ਸਿੰਘ ਇਨ ਹਿਸ ਅਰਲੀਅਰ ਲਾਈਫ ਟੂ ਰੈਜ਼ਿਸਟ ਦਾ ਇੰਗਲਿਸ਼ ਰੂਲ ਮਤਲਬ ਸ਼ਹੀਦ ਭਗਤ ਸਿੰਘ ਜੀ ਨੂੰ ਕਿਸ ਚੀਜ਼ ਨੇ ਪ੍ਰੇਰਿਤ ਕੀਤਾ ਕਿ ਉਹ ਅੰਗਰੇਜ਼ਾਂ ਦੇ ਵਿਰੁੱਧ ਖੜੇ ਹੋਣ ਤੇ ਉਹ ਕਿਹੜੀ ਚੀਜ਼ ਸੀਗੀ ਜਲਿਆਂ ਵਾਲੇ ਬਾਗ ਦਾ ਮੈਸੇਜਰ ਮਤਲਬ ਕਿ ਜਲਿਆਂ ਵਾਲੀ ਬਾਗ ਦੀ ਘਟਨਾ ਸੀਗੀ ਜਿਨੇ ਸ਼ਹੀਦ ਭਗਤ ਸਿੰਘ ਜੀ ਨੂੰ ਮਤਲਬ ਪ੍ਰਭਾਵਿਤ ਕੀਤਾ ਬਹੁਤ ਜ਼ਿਆਦਾ ਤੇ ਤਾਂ ਕਿ ਉਹ ਅੰਗਰੇਜ਼ਾਂ ਦੇ ਵਿਰੁੱਧ ਖੜੇ ਹੋਣ ਠੀਕ ਹੈ ਯਾਦ ਰੱਖਣਾ ਨੈਕਸਟ ਵਦਿਆ which one of the following is a not a traditional punjabi dance matlab ena vichon keda punjabi traditional dance nahi hega vaen punjabi traditional dance nahi hega baaki jehde sammi giddha bhangra jehde sare hageya traditional punjabi dance hageya next vadhya what is correct about sing sabha ena vichon sing sabha bare kedi cheez sahi hagi hai te hagi hai it aimed at ਪ੍ਰੋਟੈਕਟਿੰਗ ਦਾ ਇੰਟਰਸਟ ਆਫ ਸਿਕਸ ਥਰੂ ਐਜੂਕੇਸ਼ਨ ਐਂਡ ਲਿਟਰੇਚਰ ਮਤਲਬ ਕਿ ਇਹਦਾ ਜਿਹੜਾ ਏਮ ਸੀਗਾ ਉਹ ਸੀਗਾ ਸਿਕ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਥਰੂ ਐਜੂਕੇਸ਼ਨ ਤੇ ਲਿਟਰੇਚਰ ਦੇ ਨੈਕਸਟ ਵਧਿਆ ਵਿਚ ਫੈਕਟ ਅਬਾਊਟ ਪੰਜਾਬ ਇਜ਼ ਨੋਟ ਟਰੂ ਮਤਲਬ ਇਹਨਾਂ ਵਿੱਚੋਂ ਕਿਹੜੀ ਜਿਹੜੀ ਫੈਕਟ ਹੈਗਾ ਉਹ ਪੰਜਾਬ ਦੇ ਬਾਰੇ ਗਲਤ ਹੈਗਾ ਤੇ ਇਹ ਗਲਤ ਹੈਗਾ ਪੋਪੂਲੇਸ਼ਨ ਡੈਂਸਟੀ ਦੇ ਬਾਰੇ ਜਿਹੜਾ ਫੈਕਟ ਦਿੱਤਾ ਗਿਆ ਹੈਗਾ ਉਹ ਗਲਤ ਹੈਗਾ ਬਾਕੀ ਸਾਰੀ ਚੀਜ਼ਾਂ ਸਹੀ ਹੈਗੀਆਂ ਕਿ 50000 ਸਕਰ ਕਿਲੋਮੀਟਰ ਦਾ ਏਰੀਆ ਹੈਗਾ ਪੰਜਾਬ ਦਾ ਤੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਆਦਾ 12000 ਤੋਂ ਜਿਆਦਾ ਪਿੰਡ ਹੈਗੇ ਆ ਤੇ ਇਸ ਤੋਂ ਇਲਾਵਾ ਪਿੰਡਾਂ ਨਾਲੋਂ ਜਿਆਦਾ ਪੰਚਾਇਤਾਂ ਹੈਗੀਆਂ ਪੰਜਾਬ ਦੇ ਵਿੱਚ ਠੀਕ ਹੈ ਤੁਸੀਂ ਦੇਖ ਲੈਣਾ ਯਾਦ ਰੱਖਣਾ ਨੈਕਸਟ ਵੱਧੀਆਂ ਨੈਕਸਟ ਹੈਗਾ ਕੰਡੀ ਏਰੀਆ ਆਰ ਇੰਪੋਰਟੈਂਟ ਐਗਰੋ ਕਲਾਈਮੇਟ ਜ਼ੋਨ ਆਫ ਪੰਜਾਬ ਹੈਜ਼ ਫੋਲੋਇੰਗ ਕੈਰੈਕਟਿਸਟਿਕ ਮਤਲਬ ਜਿਹੜੇ ਪੰਜਾਬ ਦੇ ਕੰਡੀ ਏਰੀਆ ਹੈਗਾ ਉਹ ਇੱਕ ਇੰਪੋਰਟੈਂਟ ਐਗਰੋਕਲਾਈਮੇਟ ਜ਼ੋਨ ਹੈ ਗਿਆ ਤੇ ਉਹਨਾਂ ਬਾਰੇ ਕਿਹੜੀ ਚੀਜ਼ਾਂ ਇਹਦੇ ਵਿੱਚੋਂ ਸਹੀ ਲਿਖੀਆਂ ਗਈਆਂ ਗਈਆਂ ਤੇ ਇਹ ਇਹਦੇ ਵਿੱਚੋਂ ਸਹੀ ਹੈਗਾ ਪਹਿਲਾ ਦੂਜਾ ਤੇ ਤੀਜਾ ਮਤਲਬ ਕਿ ਜਿਹੜੇ ਕੰਢੀ ਏਰੀਆ ਹੈ ਗਿਆ ਉਹ ਸਬ ਮਾਊਂਟੇਨ ਅ ਅਨਡਿਊਲੇਟਿੰਗ ਟ੍ਰੇਨ ਹੈ ਗਿਆ ਮਤਲਬ ਇਹ ਜਿਹੜੇ ਇਲਾਕੇ ਹੈ ਗਿਆ ਉਬੜ ਖਾਬੜ ਪਹਾੜੀਆਂ ਦੇ ਇਲਾਕੇ ਹੈ ਗਿਆ ਤੇ ਤੇ ਇੱਥੇ ਜਿਹੜੇ पेरिनियल वाटर सोर्स ਨਹੀਂ ਹੈ ਕਿ ਮਤਲਬ ਕਿ ਪਰਿਨਿਅਲ ਵਾਟਰ ਸੋਰਸ ਕਿਹੜੇ ਹੁੰਦੇ ਆ ਜਿਹੜੇ ਸਦਾ ਬਹਾਰ ਨਦੀਆਂ ਬਹਿੰਦੀਆਂ ਰਹਿੰਦੀਆਂ ਨਾ ਓਵਲੀਆਂ ਓਵਲੀਆਂ ਇੱਥੇ ਨਹੀਂ ਹੈਗੀਆਂ ਤੇ ਹਾਈ ਕੋਸਟ ਆਫ ਕਲਟੀਵੇਸ਼ਨ ਮਤਲਬ ਕਿ ਜੇਕਰ ਇੱਥੇ ਖੇਤੀਬਾੜੀ ਕਰਨੀ ਹੈ ਤਾਂ ਦੀ ਕੋਸਟ ਬੜੀ ਮਹਿੰਗੀ ਬਹਿੰਦੀ ਹੈ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੈ ਨੈਕਸਟ ਵਟ ਦੇ ਆ ਨੈਕਸਟ ਅਗਰ ਨਾਮਦਾਰੀ ਮੂਵਮੈਂਟ ਆਲਸੋ ਕਾਲਡ ਕੁਕਾ ਮੂਵਮੈਂਟ ਵਾਸ ਸਟਾਰਟਡ ਬਾਈ ਹੂ ਐਂਡ ਵੈਨ ਮਤਲਬ ਕਿ ਜਿਹੜਾ ਨਾਮਦਾਰੀ ਮੂਵਮੈਂਟ ਹੈਗਾ ਜਿਹਨੂੰ ਆਪਾਂ ਕੁਕਾ ਮੂਵਮੈਂਟ ਵੀ ਕਹਿੰਦੇ ਆ ਉਹ ਕਿਹਦੇ ਦੁਆਰਾ ਚਲਾ ਭਾਈ ਰਾਮ ਸਿੰਘ ਦੁਆਰਾ ਠੀਕ ਹੈ 1857 ਦੇ ਵਿੱਚ 1 April 1857 ਦੇ ਵਿੱਚ ਨੈਕਸਟ ਹੈਗਾ ਅਰੇਂਜ ਦਾ ਫੋਲੋਇੰਗ ਇੰਪੋਰਟੈਂਟ ਇਵੈਂਟ ਦਾ ਹਿਸਟਰੀ ਆਫ ਪੰਜਾਬ ਇਨ ਕਰੋਨੋਲੋਜੀਕਲ ਆਰਡਰ ਮਤਲਬ ਕਿ ਸੀਰੀਜ਼ ਵਾਈਜ਼ ਲਗਾਓ ਹਰ ਇੱਕ ਜਿਹੜੀ ਇਨਸੀਡੈਂਟ ਹੋਇਆ ਗਿਆ ਪੰਜਾਬ ਦੀ ਹਿਸਟਰੀ ਦੇ ਵਿੱਚ ਤੇ ਇਹਦਾ ਸਹੀ ਆਨਸਰ ਹੈਗਾ ਚੌਥਾ ਤੀਜਾ ਦੂਜਾ ਪਹਿਲਾ ਮਤਲਬ ਕਿ ਸਭ ਤੋਂ ਪਹਿਲੇ ਹੋਈ ਕਿਸੇ ਕੀ ਬੈਟਲ ਆਫ ਸਾਰਾਗੜੀ ਉਸ ਤੋਂ ਬਾਅਦ ਕਦੀ ਇਵੈਂਟ ਹੋਇਆ ਹੋਏਗਾ ਗਦਰ ਮੂਵਮੈਂਟ ਦਾ ਉਸ ਤੋਂ ਬਾਅਦ ਹੋਇਆ ਸੀਗਾ ਕਾਮਾਘਾਟਾ ਮਾਰੂ ਇਨਸੀਡੈਂਟ ਤੇ ਉਸ ਤੋਂ ਬਾਅਦ ਦੀ ਘਟਨਾ ਹੈਗੀ ਹੈ ਜੱਲਿਆਂ ਵਾਲਾ ਬਾਗ ਦੀ ਮਤਲਬ ਕਿ ਤੁਹਾਨੂੰ ਹਿਸਟਰੀ ਨੂੰ ਵੀ ਚੰਗੀ ਤਰ੍ਹਾਂ ਡੀਪਲੀ ਵੀ ਪੜ੍ਹਨੇ ਪੈਣਾ ਹੈ ਜਿਹਦੇ ਕਾਰਨ ਤੁਹਾਨੂੰ ਸਾਰੇ ਇਵੈਂਟ ਯਾਦ ਹੋ ਜਾਣ ਜੇਕਰ ਇਸ ਤਰ੍ਹਾਂ ਦਾ ਵੀ ਕੁਸ਼ਚਨ ਆ ਜਾਂਦਾ ਹੈ ਤਾਂ ਤੁਸੀਂ ਉਹਨੂੰ ਵੀ ਟਿਕ ਕਰ ਸਕੋ ਚੰਗੀ ਤਰ੍ਹਾਂ ਠੀਕ ਹੈ ਨੈਕਸਟ ਵੱਧਦੇ ਹਾਂ ਐਜ਼ ਪਰ 2011 ਸੈਂਸਸ ਦਾ ਮੋਸਟ ਐਂਡ ਦਾ ਲੀਸਟ ਡੈਂਸਲੀ ਪੋਪੂਲੇਟਿਡ ਡਿਸਟ੍ਰਿਕਟ ਇਨ ਪੰਜਾਬ ਮਤਲਬ ਕਿ 2011 ਦੇ ਸੈਂਸਸ ਦੇ ਵਿੱਚ ਸਭ ਤੋਂ ਜ਼ਿਆਦਾ ਸਭ ਤੋਂ ਘੱਟ ਡੈਂਸਲੀ ਪੋਪੂਲੇਟਿਡ ਡਿਸਟ੍ਰਿਕਟ ਕਿਹੜੀ ਹੈ ਪੰਜਾਬ ਦੀ ਇਸ ਤੋਂ ਇਹਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਮੈਂ 2011 ਦਾ ਜਿਹੜਾ ਸੈਂਸਸ ਸੀਗਾ ਉੱਤੇ ਵੀਡੀਓ ਬਣਾ ਚੁੱਕਿਆ ਤੁਹਾਨੂੰ ਮੇਰੇ ਚੈਨਲ ਦੇ ਵਿੱਚ ਮਿਲ ਜੇਗੀ ਉਹਦੇ ਵਿੱਚ ਮੈਂ ਪੰਜਾਬ ਦਾ ਤੇ ਇੰਡੀਆ ਦਾ ਦੋਨਾਂ ਦਾ ਸੈਂਸਸ ਕਵਰ ਕੀਤਾ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਆ ਜਾਂਦੀ ਹੈ ਕਿ ਲਿਸਟ ਤੇ ਮੋਸਟ ਡੈਂਸਲੀ ਪੋਪੂਲੇਟਡ ਡਿਸਟ੍ਰਿਕਟ ਕਿਹੜੀ ਹੁੰਦੀ ਹੈ ਉਹ ਡੈਂਸਲੀ ਪੋਪੂਲੇਟਡ ਡਿਸਟ੍ਰਿਕਟ ਦਾ ਕੀ ਮਤਲਬ ਹੈ ਵੈਸੇ ਉਹਦੇ ਵਿੱਚ ਵੀ ਮੈਂ ਦੱਸਿਆ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ ਇਹਦੇ ਵਿੱਚ ਵੀ ਮੈਂ ਦੱਸ ਦਿੰਦਾ ਕਿ ਜੇਕਰ ਪਰ ਸਕੁਅਰ ਕਿਲੋਮੀਟਰ ਦੇ ਵਿੱਚ ਜਿਹੜੀ ਜਨਸੰਖਿਆ ਰਹਿੰਦੀ ਹੈ ਉਹ ਜ਼ਿਆਦਾ ਹੈਗੀ ਹੈ ਕਾਫੀ ਜ਼ਿਆਦਾ ਹੈਗੀ ਹੈ ਤਦ ਨੂੰ ਕਹਿੰਦੇ ਹੈਗੇ ਡੈਂਸਲੀ ਪੋਪੂਲੇਟਿਡ ਏਰੀਆ ਜਾਂ ਫਿਰ ਜਿੱਥੇ 1 ਸਕੇਅਰ ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿੱਕਰ ਘੱਟ ਜਨਸ ਗੈਰ ਰਹੀਆ ਉਹਨੂੰ ਕਹਿੰਦੇ ਆ ਉਹਨੂੰ ਕਹਿੰਦੇ ਆ ਕਿ ਲੀਸਟ ਡੈਂਸਲੀ ਪੋਪੂਲੇਟ ਏਰੀਆ ਜਾਂ ਡਿਸਟ੍ਰਿਕਟ ਕਿਹਾਸ ਨੇ ਪੰਜਾਬ ਦੇ ਕੇਸ ਚ ਤੇ ਉਹ ਹੈਗੀਆਂ ਲੁਧਿਆਣਾ ਦੇ ਮੁਕਸਰ ਮਤਲਬ ਕਿ ਮੋਸਟ ਡੈਂਸਲੀ ਪੋਪੂਲੇਟਡ ਡਿਸਟ੍ਰਿਕਟ ਮਤਲਬ ਇੱਕ ਸਕੇਅਰ ਕਿਲੋਮੀਟਰ ਏਰੀਆ ਦੇ ਵਿੱਚ ਜ਼ਿਆਦਾ ਜਨਸ ਗੈ ਕਿੱਥੇ ਰਹਿੰਦੀ ਹੈ ਲੁਧਿਆਣਾ ਦੇ ਵਿੱਚ ਤੇ ਲੀਸਟ ਡੈਂਸਲੀ ਪੋਪੂਲੇਟਡ ਡਿਸਟ੍ਰਿਕਟ ਕਿਹੜੀ ਪੰਜਾਬ ਦੀ ਉਹ ਹੈਗੀਆਂ ਮੁਕਤਸਰ ਮਤਲਬ ਕਿ ਇੱਥੇ ਇੱਕ ਸਕੇਅਰ ਕਿਲੋਮੀਟਰ ਦੇ ਏਰੀਆ ਚ ਬੜੀ ਘੱਟ ਜਨਸ ਗੈ ਰਹਿੰਦੀ ਹੈਗੀ ਹੈ ਨੈਕਸਟ ਵਧਦੇ ਇਨ ਕੰਪੈਰੀਜ਼ਨ ਟੂ 2011 ਦੇ ਸੈਂਸਸ ਦਾ ਪੋਪੂਲੇਸ਼ਨ ਆਫ ਦਾ ਪੰਜਾਬ ਐਜ਼ ਪਰ 2011 ਸੈਂਸਸ ਹੈਜ਼ ਇਨਕਰੀਜ਼ ਉਹਨਾਂ ਨੇ ਪੁੱਛਿਆ ਕਿ 2001 ਦੇ ਹਿਸਾਬ ਨਾਲ 2011 ਦੇ ਵਿੱਚ ਕਿੰਨੀ ਕਿ ਜਨਸੰਖਿਆ ਵਧੀਆ ਇਹ ਕੁਐਸਚਨ ਆਪਾਂ ਨਹੀਂ ਕਰਨਾ ਹੈ ਇੱਕ ਤਰ੍ਹਾਂ ਦਾ ਬਣਾ ਹੀ ਪੁਰਾਣਾ ਕੁਐਸਚਨ ਬਣ ਗਿਆ ਠੀਕ ਹੈ ਹੁਣ ਵੈਸੇ 2021 ਦੇ ਵਿੱਚ ਵੀ ਸੈਂਸਸ ਹੋਣ ਵਾਲਿਆ ਮੈਨੂੰ ਨਹੀਂ ਲੱਗਦਾ ਕਿ ਕੋਰੋਨਾ ਕਰਕੇ 2021 ਦੇ ਵਿੱਚ ਸੈਂਸਰ ਹੋਣਗੇ ਜੇਕਰ ਹੋਏਂਦੇ ਤੁਸੀਂ ਅਗਰ ਪੇਪਰ ਉਸ ਤੋਂ ਬਾਅਦ ਆਂਦਾ ਤੁਸੀਂ 2021 ਦਾ ਸੈਂਸਸ ਯਾਦ ਰੱਖਣਾ ਤੇ ਉੱਤੇ ਦੇਖਣਾ ਕੰਪੇਅਰ ਕਰਕੇ ਕਿ 2011 ਹਿਸਾਬ ਨਾਲ ਕਿੰਨੀ ਕਿ ਜਨਸੰਖਿਆ ਵਧੀਆ ਫਿਲਹਾਲ ਜੇਕਰ ਨਹੀਂ ਹੁੰਦੇ ਸੈਂਸਸ ਤੇ 2011 ਦੇ ਸੈਂਸਸ ਤੁਸੀਂ ਯਾਦ ਰੱਖਣੇ ਆ ਤੇ ਵੀਡੀਓ ਜ਼ਰੂਰ ਦੇਖੋ ਜਿਹੜੀ ਮੈਂ ਅਪਲੋਡ ਕਰ ਚੁੱਕਿਆ ਹਾਂ ਦੇ ਬਾਰੇ ਠੀਕ ਹੈ ਤੇ ਇਸ ਕਵੈਸਚਨ ਆਪਾਂ ਨਹੀਂ ਦੇਖਣਾ ਬਸ ਆਪਾਂ ਦੇਖਣਾ ਹੈ ਕਿ ਸੰਸਦ ਦੇ ਵਿੱਚੋਂ ਵੀ ਕਵੈਸਚਨ ਪੁੱਛੇ ਗਏ ਨੇ ਨੈਕਸਟ ਹੈਗਾ ਓਵਰ ਦਾ ਲਾਸਟ ਡੈਕੇਡ ਪੰਜਾਬ ਹੈਜ਼ ਅਚੀਵਡ ਅ ਲੀਸਟ ਗਰੋਥ ਇਨ ਅਨਇੰਪਲੋਇਮੈਂਟ ਜੇਰੇਸ਼ਨ ਇਨ ਇਹ ਵੀ ਕਰੰਟ ਅਫੇਅਰ ਦਾ ਕਵੈਸਚਨ ਹੈਗਾ ਪੁੱਛਿਆ ਗਿਆ ਕਿ ਪੰਜਾਬ ਚ ਐਸੀ ਕਿਹੜੀ ਸੈਕਟਰ ਹੈਗਾ ਜਿਹਦੇ ਵਿੱਚ ਇੰਪਲੋਇਮੈਂਟ ਸਭ ਤੋਂ ਘੱਟ ਹੈਗੀ ਆ ਤੇ ਉਸੇ ਕੀ ਪ੍ਰਾਇਮਰੀ ਸੈਕਟਰ ਦੇ ਵਿੱਚ ਉਸ ਟਾਈਮ ਦੀ ਹੁਣ 8 ਸਾਲ ਹੋ ਚੁੱਕੇ ਐ 2012 ਨੂੰ ਤਾਂ ਹੁਣ ਕਾਫੀ ਚੇਂਜਸ ਆਏ ਹੋਣੇ ਆ ਠੀਕ ਆ ਹੁਣ ਕਰੋਨਾ ਕਰਕੇ ਵੀ ਕਾਫੀ ਚੇਂਜਸ ਆਏ ਹੋਣੇ ਆ ਅਨਪਲੋਇਮੈਂਟ ਕਾਫੀ ਜ਼ਿਆਦਾ ਵਧ ਗਈ ਐ ਤੇ ਉਸ ਡਾਟਾ ਨੂੰ ਵੀ ਤੁਸੀਂ ਦੇਖਦੇ ਰਹਿਣਾ ਕੀ ਕੀ ਚੱਲ ਰਿਹਾ ਸਮਾਜ ਦੇ ਵਿੱਚ ਠੀਕ ਆ ਸਲਗੀਸ਼ ਗ੍ਰੋਥ ਇਨ ਐਗਰੀਕਲਚਰ ਸੈਕਟਰ ਇਨ ਪੰਜਾਬ ਇਜ਼ ਡੂ ਟੂ ਮਤਲਬ ਕਿ ਜਿਹੜੀ ਸੁਸਤ ਗ੍ਰੋਥ ਹੈਗੀ ਆ ਪੰਜਾਬ ਦੇ ਐਗਰੀਕਲਚਰ ਸੈਕਟਰ ਦੀ ਉਹ ਕਿਉਂ ਹੈਗੀ ਆ ਇਹ ਵੀ ਇੱਕ ਕਰੰਟ ਅਫੇਅਰ ਦਾ ਕੁਐਸਚਨ ਹੀ ਮੰਨ ਕੇ ਚੱਲ ਸਕਦੇ ਹੋ ਕਿਉਂਕਿ ਕਾਫੀ ਜ਼ਿਆਦਾ ਚੇਂਜਸ ਹੋਏ ਪੰਜਾਬ ਸਰਕਾਰ ਨੇ ਜੇਕਰ ਨਵੀਂ ਸਕੀਮਸ ਕੱਢੀਆਂ ਹੋਣਗੀਆਂ ਤੇ ਕਾਫੀ ਜ਼ਿਆਦਾ ਫਰਕ ਪਿਆ ਹੋਣਾ ਹੈ ਠੀਕ ਹੈ ਤੁਸੀਂ ਇਹ ਵੀ ਕਰੰਟ ਅਫੇਅਰ ਦਾ ਕੁਐਸਚਨ ਮੰਨ ਕੇ ਚੱਲੋ ਕਿ ਤੁਸੀਂ ਬਸ ਦੇਖੋ ਕਿ ਐਗਰੀਕਲਚਰ ਦੇ ਬਾਰੇ ਵੀ ਕਾਫੀ ਕੁਐਸਚਨ ਪੁੱਛੇ ਗਏ ਨੇ ਤੇ ਉਸ ਚੀਜ਼ ਨੂੰ ਵੀ ਤੁਸੀਂ ਤਿਆਰ ਕਰਨਾ ਹੈ ਕਿ ਕੀ ਕੀ ਗਰੋ ਹੋ ਰਿਹਾ ਹੈ ਕਿਸ ਤਰ੍ਹਾਂ ਦੀ ਗਰੋਥ ਹੋ ਰਹੀ ਹੈ ਪੰਜਾਬ ਦੇ ਵਿੱਚ ਜਾਂ ਫਿਰ ਇੰਡੀਆ ਦੇ ਲੈਵਲ ਤੇ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਪੀ ਐਲ ਆਰ ਐਸ ਵਾਸ ਫਾਊਂਡ ਬਾਈ ਪੰਜਾਬ ਗਵਰਨਮੈਂਟ ਟੂ ਮਤਲਬ ਕਿ ਜਿਹੜੀ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਹੈਗੀ ਆ ਉਹ ਪੰਜਾਬ ਗਵਰਨਮੈਂਟ ਦੁਆਰਾ ਕਿਉਂ ਬਣਾਈ ਗਈ ਸੀਗੀ ਮਤਲਬ ਕਿ ਇੱਕ ਐਫੀਸ਼ੀਐਂਟ ਲੈਂਡ ਰਿਕਾਰਡ ਸਰਵਿਸ ਪ੍ਰੋਵਾਈਡ ਕਰਨ ਦੇ ਲਈ ਪੀਐਲਆਰਐਸ ਨੂੰ ਬਣਾਇਆ ਗਿਆ ਸੀਗਾ ਮਤਲਬ ਕਿ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਨੂੰ ਬਣਾਇਆ ਗਿਆ ਸੀਗਾ ਨੈਕਸਟ ਆ ਗਿਆ ਬਲਾਰੀ ਰક્ષਕ ਯੋਜਨਾ ਲਾਂਚਡ ਬਾਏ ਪੰਜਾਬ ਗਵਰਨਮੈਂਟ ਇਜ਼ ਏਮਡ ਐਟ ਮਤਲਬ ਜਿਹੜੀ ਬਲਾਰੀ ਰક્ષਕ ਯੋਜਨਾ ਬਣਾਈ ਸੀਗੀ ਪੰਜਾਬ ਸਰਕਾਰ ਦੁਆਰਾ ਕਿਸ ਤੇ ਉਤੇ Aim ਕਰਦੀ ਹੈਗੀ ਹੈ ਇਹ ਵੀ ਕਰੰਟ ਅਫੇਅਰ ਦਾ ਕੁਐਸਚਨ ਹੈਗਾ ਹੁਣ ਪਤਾ ਨਹੀਂ ਇਹ ਯੋਜਨਾ ਹੋਂਦ ਵਿੱਚ ਹੈਗੀ ਹੈ ਕਿ ਨਹੀਂ ਹੈਗੀ ਪਰ ਹੁਣ ਜਿਹੜੀ ਯੋਜਨਾ ਪੰਜਾਬ ਸਰਕਾਰ ਲਾਗੂ ਕਰ ਰਹੀ ਹੈਗੀ ਹੈ ਚਾਹੇ ਉਹ ਕਰੋਨਾ ਕਾਲ ਦੇ ਵਿੱਚ ਜਾਂ ਇਸ ਸਾਲ ਕੋਈ ਵੀ ਜੇਕਰ ਯੋਜਨਾ ਆਈ ਹੈਗੀ ਹੋਤੇ ਤੁਸੀਂ ਚੰਤੀ ਜ਼ਰੂਰ ਮੰਨੀ ਹੈਗੀ ਹੈ ਠੀਕ ਹੈ ਇਹ ਵੀ ਤੁਸੀਂ ਯਾਦ ਨਹੀਂ ਕਰਨਾ ਬਸ ਦੇਖੋ ਕਿ ਆਪਾਂ ਐਨਾਲਾਈਜ਼ ਕਰ ਰਹੇ ਹਾਂ ਕਿ ਕੀ ਕੀ ਪੁੱਛਿਆ ਜਾ ਰਿਹਾ ਠੀਕ ਹੈ ਨੈਕਸਟ ਬਦਦੇ ਹਾਂ ਮਿਲੀ ਬੱਗ ਇਜ਼ ਅ ਪੈਸਟਰ ਵਿਚ ਅਫੈਕਟਡ ਦਾ ਈਅਲਡ ਆਫ ਡੈਸ਼ ਕ੍ਰੌਪ ਇਨ ਪੰਜਾਬ ਮਤਲਬ ਕਿ ਮਿਲੀ ਬੱਗ ਹੈਗਾ ਇੱਕ ਤਰ੍ਹਾਂ ਦਾ ਜਿਹੜਾ ਕੀ ਕਿਸ ਫਸਲ ਨੂੰ ਬਰਬਾਦ ਕਰਦਾ ਹੈ ਇੱਕ ਤਰ੍ਹਾਂ ਦਾ ਕੀੜਾ ਹੈ ਜਿਹੜਾ ਕਿਸ ਫਸਲ ਨੂੰ ਬਰਬਾਦ ਕਰਦਾ ਹੈ ਤੇ ਉਹ ਕਰਦਾ ਹੈ ਕਾਟਨ ਦੀ ਫਸਲ ਦੇ ਉੱਤੇ ਅਟੈਕ ਠੀਕ ਹੈ ਇਹ ਤੁਸੀਂ ਯਾਦ ਰੱਖਿਓ ਇਹਨੂੰ ਪੰਜਾਬ ਦਾ ਮੈਕਸਿਮਮ ਨੰਬਰ ਆਫ ਮਿਨਿਸਟਰ ਕੈਨ ਬੀ ਮਤਲਬ ਕਿ ਪੰਜਾਬ ਦੀ ਕੈਬਨਿਟ ਦੇ ਵਿੱਚ ਮੈਕਸਿਮਮ ਕਿੰਨੇ ਜਿਹੜੇ ਮੈਂਬਰ ਹੋ ਸਕਦੇ ਆ ਕਿੰਨੇ ਮਿਨਿਸਟਰ ਹੋ ਸਕਦੇ ਆ ਤੇ ਇਹ ਹੋ ਸਕਦੇ ਆ 18 ਤੇ ਮੁੱਖ ਮੰਤਰੀ ਨੂੰ ਵੀ ਆਈ थिंक ਇਨਕਲੂਡ ਕਰਕੇ 18 ਮੈਂਬਰ ਹੁੰਦੇ ਆ ਕੈਬਨਿਟ ਦੇ ਵਿੱਚ ਪੰਜਾਬ ਦੇ ਵਿੱਚ ਨੈਕਸਟ ਆ ਗਿਆ ਹੂ ਇਜ਼ ਜੇਮ ਯੋਂਗ ਕਿ ਇਹ ਵੀ ਕਰੰਟ ਅਫੇਅਰ ਦਾ ਕੁਸ਼ਨ ਹੈ ਇਹਨੂੰ ਤੁਸੀਂ ਯਾਦ ਰੱਖਣਾ ਹੈ ਰੱਖਣਾ ਪਰ ਉਸ ਤਰ੍ਹਾਂ ਦੇ ਜੇ ਕੁਸ਼ਨ ਪੁੱਛੇ ਜਾਂਦਾ ਕਿ ਇਹ ਕੌਣ ਹੈਗਾ ਇਹ ਵਿਅਕਤੀ ਕੌਣ ਹੈਗਾ ਤੇ ਤੁਸੀਂ ਜਿਹੜੇ ਇੰਪੋਰਟੈਂਟ ਪਰਸਨ ਹੈਗੇ ਆ ਵਰਲਡ ਲੈਵਲ ਤੇ ਉਹਨਾਂ ਨੂੰ ਵੀ ਤੁਸੀਂ ਯਾਦ ਰੱਖਣਾ ਹੈ ਠੀਕ ਹੈ 2012 ਦਾ ਕੁਸ਼ਨ ਹੈ ਉਸ ਵੇਲੇ ਇਹ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਸੀਗੇ ਪਰ ਇਸ ਟਾਈਮ ਤੇ ਜੇ ਆਪਾਂ ਦੇਖੀਏ 2020 ਦੇ ਵਿੱਚ ਕੌਣ ਹੈਗਾ ਪ੍ਰੈਜ਼ੀਡੈਂਟ 13ਵਾਂ ਪ੍ਰੈਜ਼ੀਡੈਂਟ ਹੈ ਗਿਆ ਵਰਲਡ ਬੈਂਕ ਦਾ ਉਹ ਹੈ ਗਿਆ ਡੇਵਿਡ ਆਰ ਮਲਪਾਸ ਜੀ 2020 ਦੇ ਵਿੱਚ ਠੀਕ ਹੈ ਨੈਕਸਟ ਹੈਗਾ ਯੂਨ ਜਨਰਲ ਅਸੈਂਬਲੀ ਇਲੈਕਟਡ ਇਨ ਅਕਤੂਬਰ 2012 ਫਾਈਵ ਨਿਊ ਨੋਨ ਪਰਮਨੈਂਟ ਮੈਂਬਰ ਟੂ ਸਕਿਉਰਟੀ ਕੌਂਸਲ ਦੇ ਇਨਕਲੂਡ ਅਬੀ ਜਿਹੜਾ ਹੈਗਾ ਉਹ ਕਰੰਟ ਅਫੇਅਰ ਦਾ ਕੁਸ਼ਨ ਹੈ ਕਰਨ ਨੂੰ ਵੀ ਯਾਦ ਰੱਖਣਾ ਬਸ ਤੁਸੀਂ ਇਹ ਯਾਦ ਰੱਖੋ ਤੇ ਜੇਕਰ ਯੂਨਾਈਟਿਡ ਨੇਸ਼ਨ ਦੇ ਕੋਈ ਵੀ ਆਰਗਨ ਕੋਈ ਵੀ ਫੈਸਲਾ ਲੈਂਦੀ ਜਾਂ ਕੋਈ ਵੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਹ ਵੀ ਤੁਸੀਂ ਇੱਕ ਵਾਰੀ ਚੰਗੀ ਜ਼ਰੂਰ ਮਾਰਿਆ ਨਿਊਜ਼ਪੇਪਰ ਜ਼ਰੂਰ ਪੜ੍ਹੇ ਕਰੋ ਉਹਦੇ ਵਿੱਚੋਂ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੈਗਾ ਠੀਕ ਹੈ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਾ ਕਿ ਯੂਨਾਈਟਿਡ ਨੇਸ਼ਨ ਜਾਂ ਫਿਰ ਇਹਦੇ ਆਰਗਨ ਦੇ ਬਾਰੇ ਤੁਸੀਂ ਪੜ੍ਹਨਾ ਜ਼ਰੂਰੀ ਹੈਗਾ ਨੈਕਸਟ ਵੱਧਿਆ ਦ ਕਿਲਿੰਗ ਆਫ ਸਰਪੰਚ ਬਾਇ ਮਿਲੀਟੈਂਟਸ ਐਂਡ ਥੇਅਰ ਮਾਸਿਸ ਰੈਜ਼ੀਗਨੇਸ਼ਨ ਇਨ ਅ ਨਿਊਜ਼ ਰੀਸੈਂਟਲੀ ਵਰ ਇਨ ਹੁਣ ਦੇਖੋ ਇਹ ਇੱਕ ਇਵੈਂਟ ਹੈਗਾ ਜਿਹੜਾ 2012 ਚ ਕਿਤੇ ਹੋਇਆ ਹੋਏਗਾ ਠੀਕ ਹੈ ਮਤਲਬ ਕਿ ਤੁਸੀਂ ਮੇਨ ਮੇਨ ਇਵੈਂਟ ਤੇ ਵੀ ਧਿਆਨ ਰੱਖਣਾ ਜਿਸ ਤਰ੍ਹਾਂ ਕਿ ਚਾਈਨਾ ਦੇ ਨਾਲ ਕੀ ਮਤਲਬ ਇੰਟਰਨੈਸ਼ਨਲ ਰਿਲੇਸ਼ਨ ਕਿਦਾਂ ਰਹਿ ਰਹੇ ਆ ਸਾਡੇ ਹੈ ਨਾ ਲਦਾਖ ਦੇ ਵਿੱਚ ਕੀ ਹੋ ਰਿਹਾ ਗਲਵਾਨ ਵੈਲੀ ਦੇ ਵਿੱਚ ਹੈ ਨਾ ਹੋਰ ਵੀ ਜੇਕਰ ਇੰਡੀਆ ਲੈਵਲ ਤੇ ਕਿਸੇ ਵੀ ਜਗ੍ਹਾ ਕੁਝ ਹੋ ਰਿਹਾ ਤੇ ਉਸ ਇਵੈਂਟ ਦੇ ਉੱਤੇ ਵੀ ਤੁਸੀਂ ਧਿਆਨ ਰੱਖਣਾ ਹੈਗਾ ਮਤਲਬ ਐਨੋਪਾ ਯਾਦ ਨਹੀਂ ਕਰਨਾ ਬਸ ਇਹ ਦਿਖੋ ਕਿ ਜਿਹੜੇ ਮੇਨ ਮੇਨ ਇੰਪੋਰਟੈਂਟ ਇਵੈਂਟ ਹੋਣਗੇ ਤੁਸੀਂ ਉਹ ਵੀ ਦੇਖ ਕੇ ਜਾਣੇ ਹੈਗੇ ਆ ਰੀਸੈਂਟ ਹਾਈਲਾਈਟਡ ਨਿਊਜ਼ ਜਿਹੜੀਆਂ ਹੋਈਆਂ ਉਹਨਾਂ ਨੂੰ ਤੁਸੀਂ ਕ next agaya UN department of the economics and social affair data showed that in 2000 which of the following country had female infant mortality rate higher than the male infant mortality rate matlab ki united nation ne je kar koi bhi data show kita koi bhi report dassi hai ki world te samne te oh bhi cheez tusi yaad rakhni hai abhi current affair da question hai ga no pa yaad nahi karna ਹੁਣ ਕਿਆ-ਕਿਆ ਕੀ ਬ੍ਰਿਕਸ ਸਮਿਟ ਜਿਹੜੀ 2011 ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਹੋਈ ਸੀਗੀ ਉਹ ਕਿੰਨੀ ਆ ਜਿਹੜੀ ਸਮਿਟ ਸੀਗੀ ਉਹ ਸੀਗੀ 4th ਬ੍ਰਿਕਸ ਸਮਿਟ ਹੁਣ 2020 ਦੇ ਵਿੱਚ ਵੀ ਬ੍ਰਿਕਸ ਦੀ ਸਮਿਟ ਹੋਣੀ ਹੈ ਜਾਂ ਫਿਰ ਹੋ ਗਈ ਹੈ ਤੇ ਉਹ ਉਹ ਵੀ ਤੁਸੀਂ ਚੰਗੀ ਮਾਰ ਲੈਣਾ ਕਿ ਕਿੱਥੇ ਹੋਈ ਹੈਗੀ ਹੈ ਜਾਂ ਫਿਰ ਜੋ ਵੀ ਸਮਿਟਸ ਹੁੰਦੀਆਂ ਆ ਤੇ ਉਹਦੇ ਬਾਰੇ ਵੀ ਤੁਸੀਂ ਜਾਣ ਲੈਣਾ ਜੀ 20 ਜੀ 7 ਜਿੰਨੀਆਂ ਵੀ ਸਮਿਟਸ ਹੈਗੀਆਂ ਇੰਟਰਨੈਸ਼ਨਲ ਜਾਂ ਫਿਰ ਇੰਡੀਆ ਉਹਦਾ ਪਾਰਟ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਇਹ ਸਾਰੀ ਚੀਜ਼ਾਂ ਤੁਸੀਂ ਦੇਖ ਲੈਣੀਆਂ ਨੈਕਸਟ ਅਕਾਂ ਦਾ ਹੈਡਕੁਆਟਰ ਆਫ ਦਾ ਇੰਟਰਨੈਸ਼ਨਲ ਮੋਨਟਰੀ ਫੰਡ ਉਹ ਕਿੱਥੇ ਹੈਗਾ ਤੇ ਇੰਟਰਨੈਸ਼ਨਲ ਮੋਨਟਰੀ ਫੰਡ ਦਾ ਜਿਹੜਾ ਹੈਡਕੁਆਟਰ ਹੈਗਾ ਉਹ ਹੈਗਾ ਵਾਸ਼ਿੰਗਟਨ ਡੀਸੀ ਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਵਰਲਡ ਬੈਂਕ ਦਾ ਹੈਡਕੁਆਟਰ ਹੈਗਾ ਉਹ ਵੀ ਵਾਸ਼ਿੰਗਟਨ ਡੀਸੀ ਦੇ ਵਿੱਚ ਹੈਗਾ ਇਹ ਵੀ ਤੁਸੀਂ ਯਾਦ ਰੱਖਿਓ ਨੈਕਸਟ ਅਕਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਫਾਲਸ ਐਨਾਂ ਵਿਚ ਉਹ ਕਿਹੜੀ ਚੀਜ਼ ਜਿਹੜੀ ਹੈ ਇਹ ਗਲਤ ਹੈਗੀ ਹੈ ਤੇ ਪਸਿੱਧੇ ਆਨਸਰ ਤੇ ਚੱਲਨੇ ਆਂ ਦਾ ਵਰਡ ਸੈਕੂਲਰ ਵਾਸ ਇਨਸਰਟਡ ਇਨ ਦਾ ਪ੍ਰੀਅੰਬਲ ਤੇ ਐਚ ਇਜ਼ ਇਹ ਗਲਤ ਹੈ ਕਿ ਬਾਕੀ ਸਾਰੀ ਚੀਜ਼ਾਂ ਦੇਖ ਲੈਨੇ ਆਪਾਂ ਇੱਕ ਇੱਕ ਕਰਕੇ ਉਹ ਸਾਰੀ ਚੀਜ਼ਾਂ ਸਹੀ ਹੈਗੀਆਂ ਇੰਡੀਆ ਇਜ਼ ਦਾ ਸੈਕੂਲਰ ਸਟੇਟ ਵਿਦ ਇਨ ਇਕੁਐਲਟੀ ਟੂ ਆਲ ਰਿਲੀਜੀਅਨਸ ਮਤਲਬ ਕਿ ਇੰਡੀਆ ਇੱਕ ਸੈਕੂਲਰ ਸਟੇਟ ਹੈਗਾ ਜਿਹੜਾ ਕਿ ਸਾਰੇ ਧਰਮਾਂ ਦੇ ਵਿੱਚ ਇਕੁਐਲਟੀ ਬਣਾ ਕੇ ਰੱਖਦਾ ਮਤਲਬ ਕਿ ਇੱਕ ਧਰਮ ਨਿਰਪੇਖ ਦੇਸ਼ ਹੈਗਾ ਇੰਡੀਆ ਡਸ ਨਾਟ ਹੈਵ ਅਫੀਸ਼ੀਅਲ ਸਟੇਟ ਰਿਲੀਜੀਅਨ ਮਤਲਬ ਕਿ ਇੰਡੀਆ ਦੇਸ਼ ਦਾ ਆਪਣਾ ਇੱਕ ਡੈਫੀਨਿਟ ਧਰਮ ਨਹੀਂ ਹੈਗਾ ਉਸ ਤੋਂ ਬਾਅਦ ਨੋ ਰਿਲੀਜੀਅਸ ਇਨਸਟਰਕਸ਼ਨ ਇਜ਼ ਗਿਵਨ ਇਨ ਗਵਰਨਮੈਂਟ ਐਡਿਡ ਸਕੂਲ ਮਤਲਬ ਕਿ ਇੰਡੀਆ ਦੇ ਵਿੱਚ ਗਵਰਨਮੈਂਟ ਐਡਿਡ ਸਕੂਲ ਦੇ ਵਿੱਚ ਕੋਈ ਵੀ ਰਿਲੀਜੀਅਸ ਇਨਸਟਰਕਸ਼ਨ ਨਹੀਂ ਦਿੱਤੀਆਂ ਜਾਂਦੀਆਂ ਸਹੀ ਗੱਲ ਹੈ ਠੀਕ ਹੈ ਤੇ ਤੁਸੀਂ ਚੀਜ਼ਾਂ ਦੇਖ ਲੈਣੀਆਂ ਸਾਰੀ ਪੋਲਿਟਿਕਸ ਦੇ ਵਿੱਚ ਹੈਗੀਆਂ ਪੋਲਿਟੀ ਮੈਂ ਪੜਾ ਰਿਹਾ ਹੈਗਾ ਦੋ ਲੈਕਚਰ ਜਾਂ ਤਿੰਨ ਲੈਕਚਰ ਹੋ ਚੁੱਕੇ ਆਲਰੇਡੀ ਇਹ ਹੋਲੀ ਹੋਲੀ ਕਰਕੇ ਆਪਾਂ ਸੀਰੀਜ਼ ਜਿਹੜੀ ਚਲਾਈ ਹੈਗੇ ਪੋਲਿਟੀ ਦੀ ਉਹ ਪੂਰੀ ਕਵਰ ਕਰਾਂਗੇ ਤੇ ਉਹਨੂੰ ਵੀ ਜੁਆਇਨ ਜ਼ਰੂਰ ਕਰੋ ਉਹਨੂੰ ਵੀ ਜ਼ਰੂਰ ਦੇਖੋ ਨੈਕਸਟ ਕੁਐਸਚਨ ਹੈਗਾ ਦਾ ਆਈਡੀਆ ਆਫ ਜੀ20 ਵਾਸ ਪ੍ਰਪੋਜ਼ਡ ਬਾਈ ਮਤਲਬ ਕੀ ਜੀ20 ਦਾ ਆਈਡੀਆ ਕਿੰਨੇ ਦਿੱਤਾ ਸੀਗਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜਿਹੜੀ ਵੀ ਸਮਿਟਸ ਹੁੰਦੀਆਂ ਜਾਂ ਕਮੇਟੀਆਂ ਹੁੰਦੀਆਂ ਉਹਦੇ ਬਾਰੇ ਤੁਸੀਂ ਦੇਖ ਲੈਣਾ ਜਿਸ ਤਰ੍ਹਾਂ ਜੀ7 ਹੋ ਗਿਆ ਜੀ20 ਹੋ ਗਿਆ ਬ੍ਰਿਕਸ ਹੋ ਗਿਆ ਸ਼ੰਘਾਈ ਕਾਰਪੋਰੇਸ਼ਨ ਆਫ ਆਰਗੇਨਾਈਜੇਸ਼ਨ ਹੋ ਗਿਆ ਇਸ ਤਰ੍ਹਾਂ ਦੀ ਜਿਹੜੀ ਵੀ ਸਮਿਟਸ ਹੈਗੀਆਂ ਜਾਂ ਕਮੇਟੀਆਂ ਹੈਗੀਆਂ ਉਹਦੇ ਬਾਰੇ ਤੁਸੀਂ ਜਾਣਨਾ ਜ਼ਰੂਰ ਹੈਗਾ ਤੇ ਨਿਊਜ਼ ਜਿਹੜੀਆਂ ਚੱਲੀਆਂ ਤਾਂ ਰਿਗਾਰਡਿੰਗ ਉਹ ਵੀ ਤੁਸੀਂ ਦੇਖ ਲੈਣ ਜਿਸ ਤੱਕ ਕਿ ਡੋਨਲਡ ਟਰੰਪ ਨੇ ਹੁਣੇ ਕਿਹਾ ਕਿ ਜਿਹੜਾ ਜੀਸਾਵ ਬਨਾ ਹੈਗਾ ਨੂੰ ਇਨਕਰੀਜ਼ ਕਰਕੇ ਜੀ 11 ਬਣਾ ਦੇਣਾ ਕਿ ਇੰਡੀਆ ਤੇ ਰਸ਼ੀਆ ਨੂੰ ਵਿੱਚ ਐਡ ਕਰਨਾ ਹੈਗਾ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੈਗੀਆਂ ਤੁਸੀਂ ਨੋਟ ਡਾਊਨ ਕਰ ਲਿਆ ਕਰੋ ਤੇ ਜੀ 20 ਜਿਹੜਾ ਆਈਡੀਆ ਕਿੰਨੇ ਦਿੱਤਾ ਸੀਗਾ ਉਹ ਦਿੱਤਾ ਸੀਗਾ ਪਾਲ ਮਾਰਟਿਨ ਨੇ ਇਹ ਤੁਸੀਂ ਦੇਖ ਲਿਓ ਨੈਕਸਟ ਕੁਐਸਚਨ ਹੈਗਾ ਹੂ ਇਜ਼ ਰਿਗਾਰਡਡ ਐਸ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਇਨ ਇੰਡੀਆ ਮਤਲਬ ਕਿ ਇੰਡੀਆ ਦੇ ਵਿੱਚ ਲੋਕਲ ਸੈਲਫ ਗਵਰਨਮੈਂਟ ਦਾ ਜਿਹੜਾ ਫਾਦਰ ਹੈ ਜਨਕ ਹੈ ਜਿਹੜਾ ਉਹ ਕਿਹਨੂੰ ਕਿਹਾ ਜਾਂਦਾ ਹੈ ਉਹ ਕਿਹਾ ਜਾਂਦਾ ਹੈਗਾ ਲord ਰਿਪਨ ਨੂੰ ਇਹ ਵੀ ਪੋਲੀਟੀ ਦਾ ਕੁਐਸਚਨ ਹੈਗਾ ਤੁਸੀਂ ਦੇਖ ਲਿਓ ਨੈਕਸਟ ਵੱਧਿਆ ਦਾ 11th ਸ਼ੈਡਿਊਲ ਆਫ ਇੰਡੀਅਨ ਕਨਸਟੀਟਿਊਸ਼ਨ ਇਜ਼ ਕਨਸਰਨਡ ਵਿਦ ਮਤਲਬ ਕਿ ਜਿਹੜਾ 11ਵਾਂ ਸ਼ੈਡਿਊਲ ਹੈਗਾ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਉਹ ਕਿਹਦੇ ਨਾਲ ਸੰਬੰਧਿਤ ਹੈਗਾ ਤੇ ਉਹ ਸੰਬੰਧਿਤ ਹੈਗਾ ਪੰਚਾਇਤ ਦੇ ਤੇ ਇੰਡੀਆ ਕਨਸਟੀਟਿਊਸ਼ਨ ਦੇ ਵਿੱਚ 12 ਸ਼ੈਡਿਊਲ ਹੈਗੇ ਟੋਟਲ ਇਹ ਤੁਸੀਂ ਜਦੋਂ ਆਪਾਂ ਇੰਡੀਆ ਪੋਲੀਟੀ ਦੇ ਸਾਰੇ ਲੈਕਚਰ ਕਰਾਂਗੇ ਤੇ ਉਹਦੇ ਵਿੱਚ ਆਪਾਂ ਸਹੀ ਤਰ੍ਹਾਂ ਸਮਝਾਂਗੇ ਇਸ ਚੀਜ਼ ਨੂੰ ਠੀਕ ਹੈ ਨੈਕਸਟ ਵੱਧਦੇ ਆ ਤਾਂ provision of a district planning committee is given in the ਮਤਲਬ ਕਿ ਜਿਹੜਾ ਡਿਸਟ੍ਰਿਕਟ ਪਲੈਨਿੰਗ ਕਮੇਟੀ ਦਾ ਜਿਹੜਾ provision ਹੈਗਾ ਉਹ ਕਿਹੜੇ ਆਰਟੀਕਲ ਦੇ ਕਿਹੜੇ ਐਕਟ ਦੇ ਅੰਦਰ ਆਉਂਦਾ ਹੈਗਾ ਤੇ ਉਹ ਆਉਂਦਾ ਹੈਗਾ 74th ਐਮੈਂਡਮੈਂਟ ਐਕਟ ਦੇ ਅੰਦਰ ਨੈਕਸਟ ਕੁਐਸਚਨ ਹੈਗਾ ਹੂ ਇਜ਼ ਅ ਪ੍ਰੈਜ਼ੀਡੈਂਟ ਚੀਫ ਇਲੈਕਸ਼ਨਰ ਕਮਿਸ਼ਨਰ ਆਫ ਇੰਡੀਆ ਤੇ ਇਹ ਜਿਹੜਾ 2012 ਦਾ ਕਰੰਟ ਅਫੇਅਰ ਦਾ ਕੁਐਸਚਨ ਹੈਗਾ ਇਸ ਕਰਕੇ ਮੈਂ ਆਪਸ਼ਨ ਕੱਢਤੇ ਹੈ ਗਿਆ ਇਸ ਕਰਕੇ ਆਪਾਂ ਹੁਣ ਦੇ ਜਿਹੜਾ ਕੰਟੈਂਟ ਹੈਗਾ ਉਹ ਪੜਨੇ ਆ 2020 ਦੇ ਵਿੱਚ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਹੈਗਾ ਉਹਦਾ ਨਾਮ ਹੈਗਾ ਸੁਨੀਲ ਅਰੋੜਾ ਜੀ ਇਹ ਤੁਸੀਂ ਦੇਖ ਲਿਓ ਕਿ ਕਿੰਨੇ ਵੀ ਪ੍ਰੈਸਟੀਜੀਅਸ ਪਰਸਨ ਹੈਗੇ ਆ ਉਹ ਵੀ ਤੁਸੀਂ ਦੇਖ ਲਿਓ ਕਿ ਕਿਸੇ ਕਮੇਟੀ ਦੇ ਹੈੱਡ ਹੈਗੇ ਆ ਉਹ ਵੀ ਤੁਸੀਂ ਦੇਖ ਲੈਣਾ ਤੇ ਇਸ ਤੋਂ ਵੀ ਇਲਾਵਾ ਕੈਬਨਿਟ ਦੇ ਵਿੱਚ ਕਿਹੜੇ ਕਿਹੜੇ ਮਿਨਿਸਟਰ ਹੈਗੇ ਆ ਉਹਨਾਂ ਕੋਲ ਕਿਹੜਾ ਡਿਪਾਰਟਮੈਂਟ ਹੈਗਾ ਇਹ ਵੀ ਤੁਸੀਂ ਦੇਖ ਲਿਓ ਕਿ ਮੈਂ ਪੰਜਾਬ ਦੇ ਵਿੱਚ ਜਿਹੜੀ ਕੈਬਨਿਟ ਦੇ ਮਿਨਿਸਟਰ ਹੈਗੇ ਆ ਉਹਨਾਂ ਕੋਲ ਕਿਹੜਾ ਡਿਪਾਰਟਮੈਂਟ ਹੈਗਾ ਉਹ ਮੈਂ ਸਾਰੇ ਕਵਰ ਕਰ ਚੁੱਕਿਆ ਤੇ ਵੀਡੀਓ ਸਾਡੇ ਚੈਨਲ ਦੇ ਵਿੱਚ ਤੁਹਾਨੂੰ ਮਿਲ ਜੇਗੀ ਉਹਨੂੰ ਜ਼ਰੂਰ ਦੇਖਿਓ ਤੇ ਤੁਹਾਨੂੰ ਪਤਾ ਚੱਲੇਗਾ ਕਿ ਪੰਜਾਬ ਦੇ ਵਿੱਚ ਜਿਹੜੀ ਕੈਬਨਟ ਹੈਗੀ ਆ ਉਹਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਕੋਲ ਕਿਹਦੇ ਕੋਲ ਕਿਹੜਾ ਡਿਪਾਰਟਮੈਂਟ ਨੈਕਸਟ ਕੁਐਸਚਨ ਹੈਗਾ 86th ਅਮੈਂਡਮੈਂਟ ਐਕਟ ਕਹ ਸਕਦੇ ਨੇ ਆ 2002 ਦੇ ਵਿੱਚ ਕੀ ਚੀਜ਼ ਐਡ ਕੀਤੀ ਗਈ ਸੀਗੀ ਤੇ ਉਹ ਕੀਤੀ ਗਈ ਸੀ ਬੋਥ ਆਫ ਅਬਵ ਮਤਲਬ ਕਿ ਰਾਈਟ ਆਫ ਐਜੂਕੇਸ਼ਨ ਐਡ ਕੀਤਾ ਗਿਆ ਸੀਗਾ ਅੰਡਰ ਆਰਟੀਕਲ 21A ਦੇ ਤੇ ਫੰਡਮੈਂਟਲ ਡਿਊਟੀਆਂ ਐਡ ਕੀਤੀਆਂ ਗਿਆ ਸੀਗਾ ਆਰਟੀਕਲ 51A ਦੇ ਅੰਡਰ ਠੀਕ ਹੈ ਇਹ ਤੁਸੀਂ ਦੇਖ ਲਿਓ ਪੋਲੀਟੀ ਦਾ ਕੁਐਸਚਨ ਹੈਗਾ ਨੈਕਸਟ ਵੱਧਿਆ who termed the right to education remedies as heart and soul of constitution مطلب ਕਿ ਕਿੰਨੇ ਕਿਆ ਸੀਗਾ ਕਿ ਕੌਨਸਟੀਚਨ ਰੈਮਡੀਜ਼ ਜਿਹੜੀ ਕਿ ਆਰਟੀਕਲ 32 ਦੇ ਅੰਡਰ ਆਉਂਦੀਆਂ ਉਹ ਹਾਰਟ ਐਂਡ ਸੋਲ ਹੈਗਾ ਕੌਨਸਟੀਚਨ ਦਾ ਤੇ 81ਗਾ ਇਹਨਾਂ ਵਿੱਚੋਂ ਕਿਸੇ ਨੇ ਨਹੀਂ ਤੇ ਕਿਆ ਗਿਆ ਸੀਗਾ ਡਾਕਟਰ ਬੀ ਆਰ ਅੰਬੇਦਕਰ ਜੀ ਦੁਆਰਾ ਤੇ ਇਹ ਕਿਉਂ ਗਿਆ ਗਿਆ ਸੀਗਾ ਕਿਉਂਕਿ ਜਿਹੜੇ ਆਰਟੀਕਲ ਹੈਗੇ ਆ 12 ਤੋਂ ਲੈ ਕੇ 35 ਤੱਕ ਉਹ ਹੈਗੇ ਆ ਫੰਡਾਮੈਂਟਲ ਰਾਈਟਸ ਸਾਡੇ ਠੀਕ ਹੈ ਤੇ ਉਹ ਫੰਡਾਮੈਂਟਲ ਰਾਈਟਸ ਨੂੰ ਕੌਣ ਪ੍ਰੋਟੈਕਟ ਕਰਦਾ ਹੈ ਆਰਟੀਕਲ 32 ਕੋਸਿਊਸ਼ਨ ਰੈਮਡੀਜ਼ ਨੈਕਸਟ ਕੁਐਸਚਨ ਹੈਗਾ ਦਾ ਆਧਾਰ ਪ੍ਰੋਗਰਾਮ ਆਫ ਯੂ ਆਈ ਡੀ ਆਈ ਐਨ ਇੰਪੋਰਟੈਂਟ ਸਟੈਪ ਟਵਰਡਸ ਮਤਲਬ ਕਿ ਜਿਹੜਾ ਯੂ ਆਈ ਡੀ ਆਈ ਦਾ ਆਧਾਰ ਪ੍ਰੋਗਰਾਮ ਹੈਗਾ ਉਹ ਇੱਕ ਇੰਪੋਰਟੈਂਟ ਸਟੈਪ ਹੈਗਾ ਕਿਦੇ ਵਾਸਤੇ ਤੇ ਸਹੀ ਆਨਸਰ ਹੈਗਾ ਕ੍ਰੀਏਟਿੰਗ ਅ ਡਾਟਾਬੇਸ ਆਫ ਇੰਡੀਅਨ ਸਿਟੀਜ਼ਨਸ ਮਤਲਬ ਕਿ ਆਜਾ ਕੇ ਕੀ ਕਹਿ ਰਿਹਾ ਕਿ ਆਧਾਰ ਪ੍ਰੋਗਰਾਮ ਦੇ ਵਿੱਚ ਕੀ ਹੁੰਦਾ ਕਿ ਇੰਡੀਅਨ ਸਿਟੀਜ਼ਨਸ ਦਾ ਜਿਹੜਾ ਡਾਟਾਬੇਸ ਕ੍ਰੀਏਟ ਕੀਤਾ ਜਾਂਦਾ ਇਹ ਤੇ ਉਹ ਇੱਕ ਯੂਆਈਡੀਆ ਦਾ ਇੰਪੋਰਟੈਂਟ ਸਟੈਪ ਹੈਗਾ ਨੈਕਸਟ ਕੁਐਸਚਨ ਹੈਗਾ ਦਾ ਬੇਸਿਕ ਸਟਰਕਚਰ ਆਫ ਕਨਸਟੀਟਿਊਸ਼ਨ ਕੈਨ ਨੋਟ ਬੀ ਅਲਟਰਡ ਬਿਕੋਜ਼ ਮਤਲਬ ਕਿ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਬੇਸਿਕ ਸਟਰਕਚਰ ਹੈਗਾ ਉਹ ਚੇਂਜ ਨਹੀਂ ਕੀਤਾ ਜਾ ਸਕਦਾ ਕਿਉਂ ਇਹਦਾ ਸਹੀ ਆਨਸਰ ਹੈਗਾ ਸੀ ਇਟ ਹੈਜ਼ ਕਲੀਅਰ ਅਮਰਜਡ ਫਰੋਮ ਦਾ ਜੁਡੀਸ਼ੀਅਲ ਇੰ ਤੇ ਇਹ ਵੀ ਜਿਹੜਾ ਪੋਲੀਟੀ ਦਾ ਕੁਐਸਚਨ ਹੈਗਾ ਇਹ ਵੀ ਤੁਸੀਂ ਨੋਟ ਡਾਉਨ ਕਰ ਲੈਣਾ ਹੈਗਾ ਨੈਕਸਟ ਵੱਧਦੇ ਹਾਂ ਐਕਸਪ੍ਰੈਸ਼ਨ ਆਫ ਫੰਡਾਮੈਂਟਲ ਡਿਊਟੀਆਂ ਇਜ਼ ਅ ਫੀਚਰ ਆਫ ਇੰਡੀਅਨ ਕਨਸਟੀਟਿਊਸ਼ਨ ਵਿਚ ਵਾਸ ਬੋਰੋਡ ਫਰੋ ਮਤਲਬ ਕਿ ਜਿਹੜਾ ਫੰਡਾਮੈਂਟਲ ਡਿਊਟੀਆਂ ਹੈਗੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਉਹ ਕਿੱਥੋਂ ਲਈਆਂ ਗਈਆਂ ਹੈਗੀਆਂ ਤੇ ਉਹ ਲਈਆਂ ਗਈਆਂ ਹੈਗੀਆਂ ਫਾਰਮਰ ਯੂਐਸਐਸਆਰ ਤੋਂ ਮਤਲਬ ਕਿ ਰਸ਼ੀਆ ਤੋਂ ਕਿਉਂਕਿ ਰਸ਼ੀਆ ਦਾ ਪੁਰਾਣਾ ਜਿਹੜਾ ਨਾਮ ਸੀਗਾ ਉਹ ਸੀਗਾ ਯੂਐਸਐਸਆਰ ਇਸ ਕਰਕੇ ਫਾਰਮਰ ਯੂਐਸਐਸਆਰ ਲਿਖਿਆ ਹੋਇਆ ਠੀਕ ਹੈ ਤੇ ਇਹ ਵੀ ਪੋਲੀਟੀ ਦਾ ਕੁਐਸਚਨ ਹੈਗਾ ਨੈਕਸਟ ਹੈ ਨਗਰ ਪੰਚਾਇਤ ਇਸ ਕਨਸਟੀਟਿਊਟਡ ਇਨ ਮਤਲਬ ਕਿ ਨਗਰ ਪੰਚਾਇਤ ਕਿੱਥੇ ਬਣਾਈ ਜਾਂਦੀ ਹੈ ਸਮਾਲ ਅਰਬਨ ਏਰੀਆ ਚ ਲਾਰਜ ਅਰਬਨ ਏਰੀਆ ਚ মেট্রੋਪੋਲੀਟਨ ਏਰੀਆ ਜਾਂ ਫਿਰ ਇਹਨਾਂ ਵਿੱਚ ਕੋਈ ਨਹੀਂ ਤੇ ਸਹੀ ਆਨਸਰ ਹੈਗਾ ਇਹਨਾਂ ਵਿੱਚੋਂ ਕੋਈ ਨਹੀਂ ਤੇ ਮੈਨੂੰ ਕਮੈਂਟ ਬਾਕਸ ਕਮੈਂਟ ਕਰਕੇ ਦੱਸੋ ਚਾਹੇ ਤੁਸੀਂ ਸਰਚ ਕਰਕੇ ਦੱਸੋ ਕਿ ਨਗਰ ਪੰਚਾਇਤ ਜਿਹੜੀ ਹੈਗੀ ਆ ਉਹ ਕਿਹੜੇ ਏਰੀਆ ਦੇ ਵਿੱਚ ਬਣਾਈ ਜਾਂਦੀ ਹੈਗੀ ਆ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਕਰੈਕਟ ਹੈਗੀ ਹੈ ਤੇ ਸਹੀ ਆਨਸਰ ਹੈਗਾ ਪੰਚਾਇਤ ਸਮਿਤੀ ਜੋ ਮੇ ਨੋਟ ਬੀ ਕਨਸਟੀਟਿਊਟਿਡ ਇਨ ਸਟੇਟ ਹੈਵਿੰਗ ਅ ਪੋਪੂਲੇਸ਼ਨ ਨੋਟ ਐਕਸੀਡਿੰਗ 20 ਲੱਖ ਮਤਲਬ ਕਿ ਜਿਹੜੀ ਪੰਚਾਇਤ ਸਮਿਤੀ ਹੈਗੀਆਂ ਉਹ ਉਸ ਸਟੇਟ ਦੇ ਵਿੱਚ ਨਹੀਂ ਬਣਾਈ ਜਾਂਦੀ ਜਿੱਥੇ ਕਿ ਪੋਪੂਲੇਸ਼ਨ ਜਨਸੰਖਿਆ ਜਿਹੜੀ ਹੈਗੀ ਆ 20 ਲੱਖ ਤੋਂ ਉੱਪਰ ਨਹੀਂ ਹੁੰਦੀ ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਣਾ ਮੈਂ ਫਿਰ ਤੋਂ ਦੱਸ ਦੇਣਾ ਕਿ ਪੰਚਾਇਤ ਸਮਿਤੀ ਜਿਹੜੀ ਹੁੰਦੀਆਂ ਉਹ ਉਸ ਸਟੇਟ ਦੇ ਵਿੱਚ ਨਹੀਂ ਬਣਾਈ ਜਾਂਦੀਆਂ ਜਿੱਥੇ ਕੀ ਪੋਪੂਲੇਸ਼ਨ ਮਤਲਬ ਕਿ ਜਨਸੰਖਿਆ 2 ਲੱਖ ਤੋਂ ਉੱਪਰ ਨਾ ਹੋਵੇ ਤੇ ਵੀ ਪੋਲੀਟੀ ਦਾ ਕੁਸ਼ਨ ਹੈ ਤੁਸੀਂ ਨੋਟ ਡਾਉਨ ਕਰ ਲਿਓ ਨੈਕਸਟ ਕੁਐਸਚਨ ਹੈਗਾ ਵਿਚ ਅਮੰਗ ਦਾ ਫੋਲੋਇੰਗ ਵਰਡਸ ਅਪੀਅਰ ਫਰਸਟ ਇਨ ਦਾ ਪ੍ਰੀਐਮਬਲ ਆਫ ਦਾ ਕਨਸਟੀਟਿਊਸ਼ਨ ਇੰਡੀਆ ਮਤਲਬ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਪ੍ਰੀਐਮਬਲ ਹੁੰਦਾ ਉਹਦੇ ਵਿੱਚ ਸਭ ਤੋਂ ਪਹਿਲਾ ਵਰਡ ਕਿਹੜਾ ਆਉਂਦਾ ਹੈਗਾ ਪਹਿਲੇ ਮੈਂ ਤੁਹਾਨੂੰ ਆਨਸਰ ਦੱਸਦਾ ਉਹਦੇ ਵਿੱਚ ਆਉਂਦਾ ਹੈਗਾ ਜਸਟਿਸ ਉਹ ਮੈਂ ਪ੍ਰੀਐਮਬਲ ਦੀ ਗੱਲ ਕਰਨਾ ਪ੍ਰੀਐਮਬਲ ਕੀ ਹੈ ਤੁਮੇ ਤੁਹਾਨੂੰ ਪ੍ਰੀਅੰਬਲ ਦੇ ਬਾਰੇ ਦੱਸਣ ਤੇ ਪ੍ਰੀਅੰਬਲ ਇਸ ਤਰ੍ਹਾਂ ਤੁਸੀਂ ਸਮਝ ਸਕਦੇ ਹੋ ਕਿ ਪ੍ਰੀਅੰਬਲ ਸਾਡੇ ਕਨਸਟੀਟਿਊਸ਼ਨ ਦਾ ਇੱਕ ਬੇਸਿਕ ਆਈਡੀਆ ਸ਼ੋਅ ਕਰਦਾ ਹੈ ਕਿ ਸਾਡਾ ਜਿਹੜਾ ਕਨਸਟੀਟਿਊਸ਼ਨ ਹੈਗਾ ਇੰਡੀਆ ਦਾ ਉਹ ਹੈ ਕਿਸ ਤਰ੍ਹਾਂ ਦਾ ਹੈ ਨਾ ਠੀਕ ਹੈ ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਣਾ ਨੈਕਸਟ ਵੱਧਿਆਂ ਨੈਕਸਟ ਕੁਐਸਚਨ ਹੈਗਾ ਇਨ 2012 ਹੂ ਸੈਡ ਅ ਕੋਲੀਸ਼ਨ ਪੋਲਿਟਿਕਸ ਹੈਜ਼ ਅ ਸਲੋਅ ਪੇਸ ਆਫ ਰਿਫਾਰਮਸ ਤੇ ਇਹ ਵੀ ਸਾਨੂੰ ਯਾਦ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ 2012 ਦਾ ਕਰੰਟ ਅਫੇਅਰ ਦਾ ਕੁਐਸਚਨ ਹੈਗਾ ਤੁਸੀਂ ਯਾਦ ਰੱਖਿਓ ਕਿ ਕੋਈ ਵੀ ਪੋਲਿਟੀਕਲ ਇਵੈਂਟ ਹੁੰਦਾ ਉਹ ਵੀ ਤੁਸੀਂ ਦੇਖਣਾ ਨਾਲ-ਨਾਲ ਨਿਊਜ਼ਪੇਪਰ ਦੇ ਵਿੱਚ ਠੀਕ ਹੈ ਨੈਕਸਟ ਹੈਗਾ ਹੂ ਹੈਜ਼ ਬੀਨ ਅਵਾਰਡਡ ਡਾਕਟਰੇਟ ਆਫ ਆਰਟ ਬਾਈ ਐਡੀਨਬਰਗ ਯੂਨੀਵਰਸਿਟੀ ਫੋਰ ਆਊਟਸਟੈਂਡਿੰਗ ਕੰਟ੍ਰਿਬਿਊਸ਼ਨ ਟੂ ਇੰਡੀਅਨ ਸਿਨੇਮਾ ਇਨ 2012 ਏ ਵੀ ਦੋ ਕਰੰਟ ਅਫੇਅਰ ਦਾ ਕੁਐਸਚਨ ਹੈਗਾ 2012 ਦਾ ਤੇ ਸਾਨੂੰ ਯਾਦ ਕਰਨ ਦੀ ਲੋੜ ਨਹੀਂ ਹੈਗੀ ਪਰ ਜਿੰਨੇ ਵੀ ਅਵਾਰਡ ਹੁੰਦੇ ਆ ਚਾਹੇ ਇੰਟਰਨੈਸ਼ਨਲੀ ਇੰਡੀਅਨ origin ਦੇ ਕਿਸੇ ਬੰਦੇ ਨੂੰ ਮਿਲੇ ਆ ਜਾਂ ਫਿਰ ਇੰਡੀਆ ਦੇ ਵਿੱਚ ਜਿਹੜੇ ਵੀ ਪ੍ਰੈਸਟੀਜੀਅਸ ਅਵਾਰਡ ਹੈਗੇ ਆ ਤੁਸੀਂ ਯਾਦ ਰੱਖਣੇ ਆ ਉਹਨਾਂ ਬਾਰੇ ਜਾਣਤੀ ਜ਼ਰੂਰ ਮਾਰਨੀ ਹੈ ਠੀਕ ਹੈ ਨੈਕਸਟ ਹੈਗਾ ਵਟ ਇਜ਼ ਅ ਸ਼ੇਡ ਤੇ ਸ਼ੇਡ ਕੀ ਹੈਗੀ ਹੈ ਤੇ ਪਹਿਲੇ ਆਨਸਰ ਦੇਖ ਲੈਂਦੇ ਆ ਇਟ ਇਜ਼ ਐ ਮੈਕੈਨਿਜ਼ਮ ਟੂ ਚੈੱਕ ਸੀ ਪਾਇਰੇਸੀ ਇਨ ਇੰਡੀਅਨ ਓਸ਼ੀਨ ਬਾਈ ਨੇਵਲ ਫੋਰਸਿਸ ਆਫ 3 ਕੰਟਰੀਜ਼ ਜੁਆਇੰਟਲੀ ਮਤਲਬ ਕਿ ਇੱਕ ਕਮੇਟੀ ਬਣਾਈ ਗਈ ਸੀਗੀ ਤਿੰਨ ਦੇਸ਼ਾਂ ਦੁਆਰਾ ਇੰਡੀਅਨ ਜਪਾਨ ਤੇ ਚైనా ਦੁਆਰਾ ਜਿਹਦੇ ਨਾਲ ਕੀ ਦਿਖਦੇ ਸੀਗੇ ਕਿ ਇੰਡੀਅਨ ਓਸ਼ੀਅਨ ਦੇ ਵਿੱਚ ਕੋਈ ਸੀ ਪਾਇਰੇਸੀ ਤਾਂ ਨਹੀਂ ਹੋ ਰਹੀ ਠੀਕ ਹੈ ਉਹਨਾਂ ਦੀ ਨੇਵਲ ਫੋਰਸਿਸ ਦੁਆਰਾ ਬਣਾਈ ਗਈ ਸੀਗੀ ਠੀਕ ਹੈ ਤੇ ਇਹ ਸ਼ੇਡ ਦਾ ਜਿਹੜਾ ਫੁੱਲ ਫਾਰਮ ਹੈਗੀ ਆ ਉਹ ਹੈਗਾ ਸ਼ੇਡ ਅਵੇਅਰਨੈਸ ਐਂਡ ਡੀ ਕਨਫਲਿਕਸ਼ਨ ਇਹ ਤੁਸੀਂ ਦੇਖ ਲਿਓ ਕਿ ਜਿਹੜਾ ਸ਼ੇਡ ਹੈਗਾ ਹੁਣ ਹੋੰਦ ਵਿੱਚ ਹੈਗਾ ਜਾਂ ਨਹੀਂ ਹੈਗਾ ਇਹ ਚੀਜ਼ ਕਨਫਰਮ ਕਰ ਲਿਓ ਐਵੇਂ 2012 ਦੇ ਕਨਫਰੰਸ ਦਾ ਕੁਐਸ਼ਨ ਹੈਗਾ ਨੈਕਸਟ ਕੁਐਸਚਨ ਹੈਗਾ ਟੂ ਐਕਸਪਲੋਰ ਦਾ ਪਲੈਨਟ ਮਾਰਸ ਨਾਸਾ ਲਾਸ ਈਅਰ ਲਾਂਚਡ ਰੋਵਰ ਨਿਕਨੇਮਡ ਮਤਲਬ ਕਿ ਨਾਸਾ ਨੇ ਪਿਛਲੇ ਸਾਲ ਮਤਲਬ ਕਿ ਉਹਦਾ ਕਰੰਟ ਅਫੇਅਰ ਦਾ ਕੁਐਸਚਨ ਹੈਗਾ 2012 ਦਾ ਕੀ ਉਹਨਾਂ ਨੇ ਉਹਦੇ ਪਿਛਲੇ ਸਾਲ ਇੱਕ ਮਾਰਸ ਦੇ ਉੱਤੇ ਮਾਰਸ ਨੂੰ ਐਕਸਪਲੋਰ ਕਰਨ ਲਈ ਇੱਕ ਰੋਵਰ ਭੇਜਿਆ ਗਿਆ ਸੀਗਾ ਉਹਦੇ ਦੁਆਰਾ ਤੇ ਉਹਦਾ ਨਾਮ ਕੀ ਸੀਗਾ ਨਿਕਨੇਮ ਕੀ ਸੀਗਾ ਦਾ ਤੇ ਉਹਦਾ ਨਾਮ ਸੀਗਾ ਕ੍ਰਿਓਸਿਟੀ ਠੀਕ ਹੈ ਮੈਂ ਤੁਹਾਨੂੰ ਦੱਸਾਂ ਕਿ ਸੈਟਲਾਈਟ ਤੇ ਰੋਵਰ ਦੇ ਵਿੱਚ ਅੰਤਰ ਕਿਉਂ ਹੁੰਦਾ ਹੈ ਜਿਹੜਾ ਸੈਟਲਾਈਟ ਹੁੰਦਾ ਉਹ ਕੀ ਕਰਦਾ ਹੈ ਪਲੈਨਟ ਦੇ ਅਰਾਊਂਡ ਚੱਕਰ ਲਗਾਉਂਦਾ ਤੇ ਐਕਸਪਲੋਰ ਕਰਦਾ ਪਲੈਨਟ ਨੂੰ ਤੇ ਜਿਹੜੇ ਰੋਵਰ ਹੁੰਦੇ ਆ ਉਹ ਇੱਕ ਤਰ੍ਹਾਂ ਦੇ ਰੋਬੋਟ ਹੁੰਦੇ ਆ ਜਿਹੜੇ ਉਸ ਪਲੈਨਟ ਦੀ ਸਤ੍ਹਾ ਤੇ ਜਾ ਕੇ ਮਤਲਬ ਕਿ ਉਹਦੀ ਜ਼ਮੀਨ ਤੇ ਜਾ ਕੇ ਐਕਸਪੈਰੀਮੈਂਟ ਕਰਦੇ ਆ ਐਕਸਪਲੋਰ ਕਰਦੇ ਆ ਉਸ ਪਲੈਨਟ ਨੂੰ ਜਿਸ ਤਰ੍ਹਾਂ ਕਿ ਨਾਸਾ ਨੇ ਭੇਜਿਆ ਰੋਵਰ ਕਰਿਓਸਿਟੀ ਠੀਕ ਹੈ ਨੈਕਸਟ ਕੁਐਸਚਨ ਹੈਗਾ ਅਨਹਾਜਾਰੇ ਹੈਜ਼ ਅਮਾਜਡ ਐਸ ਪਪੂਲਰ ਲੀਡਰ ਵਾਟ ਇਜ਼ ਮੀਨ ਬਾਈ ਅਨਨਾ ਇਨ ਮਰਾਠੀ ਅ uh, ਦੇਖੋ 2012 ਦੇ ਵਿੱਚ ਆਈ ਥਿੰਕ ਅੰਨਾ ਹਜ਼ਾਰੇ ਜੀ ਦੁਆਰਾ ਅੰਚਨ ਚਲ ਰਹੇ ਸੀਗੇ ਉਸ ਟਾਈਮ ਤੇ ਇਸ ਕਰਕੇ ਉਹਨਾਂ ਦੇ ਲੀਟਰ ਕੁਸ਼ਨ ਆਇਆ ਹੈਗਾ ਤੇ ਅੰਨਾ ਦਾ ਕੀ ਮਤਲਬ ਹੁੰਦਾ ਹੈ ਮਰਾਠੀ ਦੇ ਵਿੱਚ ਅੰਨਾ ਦਾ ਮਤਲਬ ਹੁੰਦਾ ਹੈ ਵੱਡਾ ਭਰਾ ਮਤਲਬ ਕਿ ਐਲ্ডার ਬ੍ਰਦਰ ਠੀਕ ਹੈ ਨੈਕਸਟ ਕੁਸ਼ਨ ਆਇਆਗਾ ਵਿਚ ਆਫ ਫੋਲੋਇੰਗ ਸਟੇਟਮੈਂਟ ਇਜ਼ ਅ ਟru ਰਿਗਾਰਡਿੰਗ ਲੰਡਨ 올ੰਪਿਕ 2012 ਤੇ ਮਤਲਬ ਕਿ ਸਪੋਰਟਸ ਇਵੈਂਟ ਜਿੰਨੇ ਵੀ ਹੁੰਦੇ ਆ ਇਸ ਸਾਲ ਜਾਂ ਫਿਰ ਕਹਿ ਸਕਦੇ ਜਦੋਂ ਵੀ ਤੁਸੀਂ ਤਿਆਰੀ ਕਰ ਰਹੇ ਹੋ ਤੇ ਜਿੰਨੇ ਵੀ ਤੁਸੀਂ ਕਰੰਟ ਅਫੇਅਰ ਪੜ੍ਹ ਰਹੇ ਹੋ ਜਿੰਨੇ ਸਾਲ ਦਾ ਉਹਦੇ ਵਿੱਚ ਜਿਹੜੇ ਵੀ ਸਪੋਰਟਸ ਇਵੈਂਟ ਹੁੰਦੇ ਆ ਉਹ ਵੀ ਤੁਸੀਂ ਦੇਖਨੇ ਹੈਗੇ ਜਿਸ ਤੱਕ ਲੰਡਨ 올ਿਪਿਕਸ ਬਾਰੇ ਪੁੱਛਿਆ ਗਿਆ ਕਰੰਟ ਅਫੇਅਰ ਦਾ ਕੁਐਸਚਨ ਹੈਗਾ ਉਸ ਟਾਈਮ ਦੇ ਤੇ ਤੁਸੀਂ ਐਨੇ ਦਿਖਣਾ ਹੁਣ ਜਿਹੜੇ ਇਵੈਂਟ ਚੱਲ ਰਿਹਾ ਸਪੋਰਟਸ ਦੇ ਉਹਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਨੈਕਸਟ ਹੈਗਾ ਲੇਗੇਸੀ ਆਫ ਕਪਿਲ ਸੇਬਲ ਐਸ ਅ ਯੂਨੀਅਨ ਐਜੂਕੇਸ਼ਨ ਮਿਨਿਸਟਰ ਡਸ ਨੋਟ ਇਨਕਲੂਡ ਇਹ ਵੀ ਕਰੰਟ ਅਫੇਅਰ ਦਾ ਕੁਐਸਚਨ ਹੈਗਾ ਕਪਿਲ ਸਬਲ ਉਸ ਟਾਈਮ ਤੇ ਯੂਨੀਅਨ ਐਜੂਕੇਸ਼ਨ ਮਿਨਿਸਟਰ ਇਹ ਹੋਣਗੇ ਤੇ ਉਹਨਾਂ ਦੇ ਅੰਡਰ ਕਿਹੜੀ ਕਿਹੜੀ ਜਿਹੜੀ ਚੀਜ਼ ਨਹੀਂ ਆਂਦੀ ਹੈਗੀ ਉਹਦੇ ਬਾਰੇ ਪੁੱਛਿਆ ਗਿਆ ਹੈਗਾ ਤੇ ਤੁਸੀਂ ਇਹ ਚੀਜ਼ ਨਹੀਂ ਯਾਦ ਰੱਖਣੀ ਬਸ ਯਾਦ ਰੱਖਣਾ ਕਿ ਜਿਹੜੇ ਵੀ ਡਿਪਾਰਟਮੈਂਟ ਹੈਗੇ ਆ ਕੈਬਨਿਟ ਮਿਨਿਸਟਰ ਦੇ ਅੰਡਰ ਜਿਹੜੇ ਵੀ ਆਉਂਦੇ ਹੈਗੇ ਆ ਉਹ ਤੁਸੀਂ ਦੇਖ ਲੈਣੇ ਜਿਸ ਤੱਕ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਨੈਕਸਟ ਕੁਐਸਚਨ ਹੈਗਾ ਵਿਚ ਆਫ ਫੋਲੋਇੰਗ ਇਜ਼ ਇਨਕਰੈਕਟਲੀ ਮੈਚਡ ਮਤਲਬ ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਗਲਤ ਮੈਚ ਹੋਈ ਹੈਗੀ ਹੈ ਤੇ ਦਾ ਸਿਆਨ ਸਰਗੰਜ ਜਤਿੰਦਰ ਖੰਨਾ ਰਾਜੇਸ਼ ਖੰਨਾ ਆਈ ਥਿੰਕ ਐਡ ਐ ਨਾਮ ਦਿੱਤੇ ਗਏ ਹੈਗੇ ਉਹਨਾਂ ਦੇ origignal name ਦਿੱਤੇ ਗਏ ਹੈਗੇ ਜਿਸ ਤਰ੍ਹਾਂ ਕਿ ਅਮੀਰ ਖਾਨ ਦਾ ਜਿਹੜਾ origignal name ਹੈਗਾ ਉਹ ਹੈਗਾ ਅਮੀਰ ਹੁਸੈਨ ਖਾਨ ਠੀਕ ਹੈ ਤੇ ਜਿਹੜਾ ਰਜਨੀਕANT ਦਾ ਜਿਹੜਾ origignal name ਹੈਗਾ ਉਹ ਹੈਗਾ ਸ਼ਿਵਾਜੀ ਰਾਓ ਗਾਇਕਵੜ ਠੀਕ ਹੈ ਇਹ ਤੁਸੀਂ ਦੇਖ ਲਿਓ ਨੈਕਸਟ ਕੁਵ 왓 ਇਜ਼ ਦ ਨੇਮ ਆਫ ਅ ਪਾਰਕ ਫੋਰਮ ਮਿਨਿਸਟਰ Who visited India last ਮਤਲਬ ਕਿ ਇੰਡੀਆ ਨੂੰ ਕਿਹੜੇ ਪਾਕਿਸਤਾਨ ਫੋਰਨ ਮਿਨਿਸਟਰ ਨੇ ਲਾਸਟਲੀ ਵਿਜ਼ਿਟ ਕੀਤਾ ਸੀਗਾ ਤੇ ਇਹ ਵੀ ਉਸ ਟਾਈਮ ਦੇ ਕਰੰਟ ਅਫੇਅਰ ਦਾ ਕੁਐਸਚਨ ਹੈਗਾ ਤੁਸੀਂ ਨਹੀਂ ਦੇਖਣਾ ਪਰ ਤੁਸੀਂ ਜੇਕਰ ਇੰਟਰਨੈਸ਼ਨਲੀ ਕਿਸੇ ਹੋਰ ਕੰਟਰੀ ਦਾ ਕੋਈ ਵੀ ਇਨਵਾਈ ਜਾਂ ਫਿਰ ਕਹਿ ਸਕਦੇ ਮਿਨਿਸਟਰ ਕੋਈ ਆਂਦਾ ਹੈਗਾ ਸਾਡੇ ਕੰਟਰੀ ਦੇ ਵਿੱਚ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਰੱਖਣੀ ਹੈ ਠੀਕ ਹੈ ਨੈਕਸਟ ਵੱਧਿਆ ਨੈਕਸਟ ਕੁਐਸਚਨ ਹੈਗਾ ਕਿ ਡੇਂਗੂ ਇਜ਼ ਕੌਜ਼ਡ ਬਾਈ ਮਤਲਬ ਕਿ ਡੇਂਗੂ ਕਿਦੇ ਕਾਰਨ ਹੁੰਦਾ ਹੈ ਕਈ ਇਹਨੂੰ ਡੈਂਗੀ ਵੀ ਕਹਿੰਦੇ ਆ ਤੇ ਸਾਡੀ ਜਿਹੜੀ ਪ੍ਰੋਨਨਸिएशन ਆ ਆਪਾਂ ਤੇ ਇਹਨੂੰ ਡੈਂਗੂ ਹੀ ਕਹਿੰਦੇ ਆ ਹਨਾ ਤੇ ਡੈਂਗੂ ਕਿਦੇ ਕਾਰਨ ਹੁੰਦਾ ਤੇ ਸਹੀ ਆਨਸਰ ਹੈਗਾ ਇਹਦਾ ਐਡਿਸ ਏਜੀਪਟੀ ਮੋਸਕੀਟੋ ਦੁਆਰਾ ਐਡਿਸ ਏਜੀਪਟੀ ਮੋਸਕੀਟੋ ਦੁਆਰਾ ਹੁੰਦਾ ਹੈਗਾ ਡੈਂਗੂ ਵਿਜੇ ਕੇਲਕਰ ਕਮੇਟੀ ਰਿਪੋਰਟ 2012 ਇਜ਼ ਅ ਰੋਡ ਮੈਪ ਆਫ ਏ ਵੀ ਜਿਹੜਾ ਹੈਗਾ ਕਰੰਟ ਅਫੇਅਰ ਦਾ ਕੁਸਚਨ ਹੈਗਾ ਉਸ ਟਾਈਮ ਤੇ ਜਿਹੜੀ ਵਿਜੀਲਕਰ ਕਮੇਟੀ ਬਣੀ ਸੀਗੀ ਉਹਨੇ ਕੋਈ ਰਿਪੋਰਟ ਸਬਮਿਟ ਕੀਤੀ ਹੋਏਗੀ ਗਵਰਨਮੈਂਟ ਨੂੰ ਤੇ ਉਹਦੇ ਵਿੱਚ ਕੀ ਕੀ ਕਿਹਾ ਗਿਆ ਹੈਗਾ ਉਹਪਾਂ ਨਹੀਂ ਦੇਖਣਾ ਜੇਕਰ ਹੁਣ ਉਹਦਾ ਕੋਈ ਸੰਬੰਧ ਹੈਗਾ ਇਸ ਟਾਈਮ ਤੇ 2020 ਦੇ ਵਿੱਚ ਕੋਈ ਉਹਦਾ ਸੰਬੰਧ ਹੈਗਾ ਤੇ ਆਪਾਂ ਯਾਦ ਰੱਖਣੀਆਂ ਨੇ ਤੇ ਨਹੀਂ ਯਾਦ ਰੱਖਣੀਆਂ ਤੇ ਇਸ ਟਾਈਮ ਤੇ ਜਿਹੜੀਆਂ ਵੀ ਕਮੇਟੀਆਂ ਬਣੀ ਹੈਗੀਆਂ ਤੁਹਾਨੂੰ ਪਤਾ ਹੈ ਕਿ ਕਰੋਨਾ ਕਾਲ ਦੇ ਵਿੱਚ ਕਰੋਨਾ ਕਰਕੇ ਕਈ ਕਮੇਟੀਆਂ ਸਰਕਾਰ ਨੂੰ ਸਰਟਨਲੀ ਬਣਾਣੀਆਂ ਪਈਆਂ ਉਹਦੇ ਬਾਰੇ ਤੁਸੀਂ ਥੋੜਾ ਥੋੜਾ ਦੇਖ ਲੈਣਾ ਤੇ ਦੋਸਤੋ ਸਾਡੇ 75 ਹੋ ਚੁੱਕੇ ਨੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 2012 ਦੇ ਪੇਪਰ ਦੇ ਵਿੱਚ ਪ੍ਰੀ ਦੇ ਪੇਪਰ ਦੇ ਵਿੱਚ 150 ਕੁਐਸਚਨ ਪੁੱਛਿਆ ਗਿਆ ਸੀਗਾ ਤੇ ਆਪਾਂ ਵੀਡੀਓ ਜ਼ਿਆਦਾ ਲੰਬੀ ਨਾ ਬਣ ਜਾ ਇਸ ਕਰਕੇ ਆਪਾਂ 75 75 ਕੁਐਸਚਨ ਕਰਾਂਗੇ ਤੇ ਬਾਕੀ ਜਿਹੜੇ 75 ਕੁਐਸਚਨ ਹੈਗੇ ਆ ਉਹ ਆਪਾਂ ਦੂਸਰੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਤੇ ਦੋਸਤੋ ਇਹ ਸੀਗਾ ਅੱਜ ਦਾ ਲੈਕਚਰ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਜ਼ਰੂਰ ਕਰਿਓ ਇਸ ਵੀਡੀਓ ਨੂੰ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਚੇਂਜਸ ਚਾਹੁੰਦੇ ਹੋ ਇਸ ਵੀਡੀਓ ਦੇ ਵਿੱਚ ਤੇ ਉਹ ਵੀ ਸਾਨੂੰ ਜ਼ਰੂਰ ਦੱਸਿਓ ਤੇ ਕੋਈ ਜੇਕਰ 에ਰਰ ਹੈਗਾ ਉਹ ਵੀ ਤੁਸੀਂ ਜ਼ਰੂਰ ਕਮੈਂਟ ਬਾਕਸ ਚ ਦੱਸਿਓ ਅਹੀਂ ਉੱਤੇ ਕੰਮ ਜ਼ਰੂਰ ਕਰਾਂਗੇ ਉਸ ਚੇਂਜ ਦੇ ਉੱਤੇ ਕੰਮ ਜ਼ਰੂਰ ਕਰਾਂਗੇ ਜੇਕਰ ਤੁਸੀਂ ਵੀ ਸਾਨੂੰ ਕੋਈ ਵੀ ਸੁਜੈਸ਼ਨ ਦਿੰਦੇ ਹੋ ਤੇ ਤੇ ਥੈਂਕ ਯੂ ਦੋਸਤੋ ਅੱਜ ਦੀ ਵੀਡੀਓ ਦੇਖਣ ਦੇ ਲਈ ਜੇਕਰ ਤੁਹਾਨੂੰ ਪਸੰਦ ਆਏ ਤਾਂ ਪਲੀਜ਼ ਲਾਈਕ ਕਰੋ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਯਰ ਦੋਸਤਿਆਂ ਤੱਕ ਜ਼ਰੂਰ ਪਹੁੰਚਾਓ ਕਿਉਂਕਿ ਜਿੰਨੇ ਜ਼ਿਆਦਾ ਲਾਈਕ ਹੋਣਗੇ ਜਿੰਨੇ ਜ਼ਿਆਦਾ ਸਬਸਕ੍ਰਾਈਬ ਹੋਣਗੇ ਉਨਾ ਹੀ ਜ਼ਿਆਦਾ ਸਾਡਾ ਮੋਟੀਵੇਸ਼ਨ ਵਧੇਗਾ ਹੋਰ ਨਵੀਂ-ਨਵੀਂ ਵੀਡੀਓ ਬਣਾਉਣ ਦੇ ਲਈ ਦੋਸਤੋ ਅੱਜ ਲਈ ਬਸ ਇੰਨਾ ਹੀ ਮਿਲ ਜਿਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਜੈ ਹਿੰਦ